hello friends welcome to on my youtube channel be educational winners ਫਰੈਂਡਸ ਅੱਜ ਦੀ ਵੀਡੀਓ ਬਹੁਤ ਹੀ ਸਪੈਸ਼ਲ ਵੀਡੀਓ ਹੋਏਗੀ ਇਸ ਦੇ ਵਿੱਚ ਅਸੀਂ ਸਿਵਿਕਸ ਦੇ ਜੋ 30 ਮੋਸਟ ਐਕਸਪੈਕਟਿਡ ਜੋ ਕੁਐਸਚਨਸ ਹੋਣਗੇ ਉਹ ਕਰਾਂਗੇ ਇਸ ਤੋਂ ਪਹਿਲਾਂ ਅਸੀਂ ਸਿਵਿਕਸ ਨਾਲ ਰਿਲੇਟਡ 30 ਮੋਸਟ ਇੰਪੋਰਟੈਂਟ ਕੁਐਸਚਨ ਦਾ ਸੈੱਟ 1 ਕਰ ਚੁੱਕੇ ਹਾਂ ਅੱਜ ਅਸੀਂ ਦਾ ਸੈੱਟ 2 ਕਰਾਂਗੇ ਜਿਸ ਦੇ ਵਿੱਚ ਮੋਸਟ ਇੰਪੋਰਟੈਂਟ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ ਸੋ ਬਹੁਤ ਹੀ ਹੈਲਪਫੁਲ ਵੀਡੀਓ ਹੋਏਗੀ सीटेट ਪੀਐਸਟ ਐਟੀਟੀ ਐਂਡ ਮਾਸਟਰ ਕਾਰਡ ਐਗਜ਼ਾਮ ਤੇ ਹੋਰ ਵੀ ਜੋ ਕੰਪੀਟੀਟਿਵ ਐਗਜ਼ਾਮ ਜੋ ਹੁੰਦੇ ਹਨ ਉਸ ਦੇ ਵਿੱਚ ਸਿਵਿਕਸ ਦੇ ਨਾਲ ਰਿਲੇਟਡ ਬਹੁਤ ਸਾਰੇ ਇੰਪੋਰਟੈਂਟ ਜੋ ਪੁੱਛ ਲਏ ਜਾਂਦੇ ਹਨ ਸੋ ਫਰੈਂਡਸ ਇਸ ਦੇ ਲਈ ਜੋ ਹੈ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਣਾ ਹੈ ਤਾਂ ਜੋ ਤੁਸੀਂ ਆਪਣੀ ਪ੍ਰੈਪਰੇਸ਼ਨ ਦਾ ਲੈਵਲ ਚੈੱਕ ਕਰ ਸਕੋ ਤੇ ਹੋਰ ਵੀ ਆਪਣੀ ਨੌਲੇਜ ਨੂੰ ਜੋ ਹੈ ਉਹ ਵਧਾ ਸਕੋ ਸੋ ਜੇਕਰ ਫਰੈਂਡਸ ਤੁਸੀਂ ਮੇਰੇ ਇਸ ਚੈਨਲ ਤੇ ਨਵੇਂ ਹੋ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਤੁਸੀਂ ਹੋਰ ਜੋ ਨੌਲੇਜੇਬਲ ਵੀਡੀਓਜ਼ ਦੇ ਲਈ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਹੈ ਫਰੈਂਡਸ ਤਾਂ ਜੋ ਤੁਸੀਂ ਲੇਟੈਸਟ ਵੀਡੀਓ ਦੀ ਜੋ ਨੋਟੀਫਿਕੇਸ਼ਨ ਹੋਏਗੀ ਉਹ ਲੈ ਸਕੋ ਸੋ ਸਟਾਰਟ ਕਰਦੇ ਹਾਂ ਅੱਜ ਦੇ ਜੋ ਇੰਪੋਰਟੈਂਟ ਕੁਐਸਚਨਸ ਹੋਣਗੇ ਸਭ ਤੋਂ ਪਹਿਲਾ ਕੁਐਸਚਨ ਹੈ ਭਾਰਤੀ ਸੰਵਿਧਾਨ ਜੋ ਸਭਾ ਦਾ ਪਹਿਲਾ ਉਪ ਸਭਾਪਤੀ ਕਿਸ ਨੂੰ ਨਿਯੁਕਤ ਕੀਤਾ ਗਿਆ ਸੀ ਇਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਜੋ ਹੈ ਮੋਸਟ ਐਕਸਪੈਕਟਿਡ ਪੇਪਰ ਵਿੱਚ ਦੇਖਣ ਨੂੰ ਮਿਲਣਗੇ ਸੋ ਤੁਸੀਂ ਦੇਖ ਸਕਦੇ ਹੋ ਸੰਵਿਧਾਨ ਸਭਾ ਦਾ ਪਹਿਲਾ ਉਪ ਸਭਾਪਤੀ ਜੋ ਹੈ ਕਿਸ ਨੂੰ ਨਿਯੁਕਤ ਕੀਤਾ ਗਿਆ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਐਮ ਸੀ ਮੁਖਰਜੀ ਨੂੰ ਐਮ ਸੀ ਮੁਖਰਜੀ ਹਨ ਜੋ ਉਹਨਾਂ ਨੂੰ ਭਾਰਤੀ ਸੰਵਿਧਾਨ ਸਭਾ ਦਾ ਪਹਿਲਾ ਜੋ ਉਪ ਸਭਾਪਤੀ ਹੈ ਉਹ ਚੁਣਿਆ ਗਿਆ ਸੀ ਨੈਕਸਟ ਕੁਐਸਚਨ ਹੈ ਭਾਰਤੀ ਸੰਵਿਧਾਨ ਵਿੱਚ ਕਿੰਨੀ ਤਰ੍ਹਾਂ ਨਾਲ ਸੋਧ ਹੋ ਸਕਦੀ ਹੈ ਜੇਕਰ ਸੋਧ ਦੀ ਗੱਲ ਕਰੀਏ ਉਹ ਉਸ ਦੇ ਜੋ ਟਾਈਪਸ ਕਿੰਨੇ ਹਨ ਕਿੰਨੇ ਤਰ੍ਹਾਂ ਦੀ ਸੋਧ ਹੋ ਸਕਦੀ ਹੈ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਜੋ ਸੋਧ ਹਨ ਉਹ ਤਿੰਨ ਤਰ੍ਹਾਂ ਦੀ ਸੋਧ ਜੋ ਹੈ ਸਾਡੇ ਸੰਵਿਧਾਨ ਦੇ ਵਿੱਚ ਹੋ ਸਕਦੀ ਹੈ ਜੇਕਰ ਇਸ ਦਾ ਆਰਟੀਕਲ ਦੇਖਿਆ ਜਾਵੇ ਤਾਂ 368 ਆਰਟੀਕਲ ਹੈ 368 ਅਨੁਸ਼ੇਦ ਜੋ ਹੈ ਇਸ ਦੇ ਰਾਹੀਂ ਭਾਰਤੀ ਸੰਵਿਧਾਨ ਦੇ ਵਿੱਚ ਜੋ ਹੈ ਕੋਈ ਵੀ ਸੋਧ ਜਿਹੜੀ ਹੈ ਹੋ ਸਕਦੀ ਹੈ ਤੇ ਜਿਹੜੀ ਸੋਧ ਕਿੰਨੇ ਤਰ੍ਹਾਂ ਦੀ ਹੋ ਸਕਦੀ ਹੈ ਤਾਂ ਇਹ ਤਿੰਨ ਤਰ੍ਹਾਂ ਦੀ ਜੋ ਸੋਧ ਹੈ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਸਧਾਰਨ ਬਹੁਮਤ ਦੁਆਰਾ ਸੋਧ ਕੀਤੀ ਜਾ ਸਕਦੀ ਹੈ ਵਿਸ਼ੇਸ਼ ਬਹੁਮਤ ਦੁਆਰਾ ਜੋ ਸੋਧ ਕੀਤੀ ਜਾ ਸਕਦੀ ਹੈ ਤੇ ਥਰਡ ਜੋ ਹੈ ਵਿਸ਼ੇਸ਼ ਬਹੁਮਤ ਤੇ ਰਾਜਾਂ ਦੇ ਜੋ ਵਿਧਾਇਕ ਹੁੰਦੇ ਹਨ ਉਹਨਾਂ ਦੇ ਦੁਆਰਾ ਜੋ ਹੈ ਸੋਧ ਸੰਵਿਧਾਨ ਦੇ ਵਿੱਚ ਕੀਤੀ ਜਾ ਸਕਦੀ ਹੈ ਸੋ ਜੇਕਰ ਤੁਹਾਨੂੰ ਕਿੰਨੇ ਪ੍ਰਕਾਰ ਦੀ ਕਿੰਨੇ ਤਰ੍ਹਾਂ ਦੀ ਸੋਧ ਪੁੱਛੀ ਜਾਵੇ ਤਾਂ ਇਹ ਹੈ ਤਿੰਨ ਪ੍ਰਕਾਰ ਦੀ ਨੈਕਸਟ ਕੁਐਸਚਨ ਹੈ ਕਿਹੜੇ ਸਦਨ ਵਿੱਚ ਪ੍ਰਧਾਨਗੀ ਕਰਨ ਵਾਲਾ ਅਧਿਕਾਰੀ ਉਸ ਸਦਨ ਦਾ ਮੈਂਬਰ ਨਹੀਂ ਹੁੰਦਾ ਸੋ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਕਿ ਸਦਨ ਪੁੱਛਿਆ ਗਿਆ ਹੈ ਕਿਹੜੇ ਸਦਨ ਦੇ ਵਿੱਚ ਪ੍ਰਧਾਨਗੀ ਕਰਨ ਵਾਲਾ ਜੋ ਅਧਿਕਾਰੀ ਹੁੰਦਾ ਹੈ ਉਸ ਸਦਨ ਦਾ ਮੈਂਬਰ ਨਹੀਂ ਹੁੰਦਾ ਤਾਂ ਇਹ ਜੋ ਇਸ ਦਾ ਰਾਈਟ ਆਨਸਰ ਹੈ ਰਾਜ ਸਭਾ ਅਸੀਂ ਸਾਰੇ ਜਾਣਦੇ ਹਾਂ ਕਿ ਜੋ ਉਪ ਰਾਸ਼ਟਰਪਤੀ ਹੈ ਉਹ ਰਾਜ ਸਭਾ ਦਾ ਪਾਦੀਨ ਸਭਾਪਤੀ ਹੁੰਦਾ ਹੈ ਪਰ ਰਾਜ ਸਭਾ ਦਾ ਪਾਦ ਦੇਨ ਸਭਾਪਤੀ ਹੋਣ ਦੇ ਨਾਂ ਨਾਲ ਜੋ ਹੈ ਇਹ ਰਾਜ ਸਭਾ ਦਾ ਮੈਂਬਰ ਨਹੀਂ ਹੁੰਦਾ ਸਿਰਫ ਇਹ ਰਾਜ ਸਭਾ ਦਾ ਜੋ ਕੀ ਹੁੰਦਾ ਹੈ ਸਭਾਪਤੀ ਹੁੰਦਾ ਹੈ ਪਾਦ ਦੇਨ ਸਭਾਪਤੀ ਸੋ ਕਿਹੜੇ ਉਸ ਕੁਐਸਚਨ ਸੀ ਕਿਹੜੇ ਸਦਨ ਵਿੱਚ ਪ੍ਰਧਾਨਗੀ ਕਰਨ ਵਾਲਾ ਜੋ ਅਧਿਕਾਰੀ ਹੁੰਦਾ ਹੈ ਉਸ ਸਦਨ ਦਾ ਮੈਂਬਰ ਨਹੀਂ ਹੁੰਦਾ ਸੋ ਸਦਨ ਹੈ ਰਾਜ ਸਭਾ ਤੇ ਉਹ ਜੋ ਆਪਾਂ ਮੈਂਬਰ ਦੀ ਗੱਲ ਕਰ ਰਹੇ ਹਾਂ ਜੋ ਉਸ ਸਦਨ ਦਾ ਮੈਂਬਰ ਨਹੀਂ ਹੁੰਦਾ ਤਾਂ ਉਪ ਰਾਸ਼ਟਰਪਤੀ ਜੋ ਹੈ ਉਹ ਸਦਨ ਦਾ ਜੋ ਮੈਂਬਰ ਨਹੀਂ ਹੁੰਦਾ ਪਰ ਉਹ ਪਾਦ ਦੇਨ ਸਭਾਪਤੀ ਹੁੰਦਾ ਹੈ ਰਾਜ ਸਭਾ ਦਾ ਨੈਕਸਟ ਇੰਪੋਰਟੈਂਟ ਕੁਐਸਚਨ ਹੈ ਰਾਜ ਸਭਾ ਤੇ ਲੋਕ ਸਭਾ ਦੀਆਂ ਜੋ ਸਮਾਨ ਸ਼ਕਤੀਆਂ ਕਿਹੜੇ ਖੇਤਰ ਵਿੱਚ ਸਮਾਨ ਹੁੰਦੀਆਂ ਹਨ ਰਾਜ ਸਭਾ ਤੇ ਲੋਕ ਸਭਾ ਦੀਆਂ ਜੋ ਸਮਾਨ ਸ਼ਕਤੀਆਂ ਹਨ ਕਿਹੜੇ ਖੇਤਰ ਦੇ ਵਿੱਚ ਸਮਾਨ ਹੁੰਦੀਆਂ ਹਨ ਤੇ ਇਸ ਦਾ ਰਾਈਟ অপਸ਼ਨ ਹੈ ਸੰਵਿਧਾਨ ਦੇ ਵਿੱਚ ਸੰਸ਼ੋਧਨ ਕਰਨ ਸੰਬੰਧੀ ਜੇਕਰ ਸੰਵਿਧਾਨ ਦੇ ਵਿੱਚ ਕੋਈ ਵੀ ਸੋਧ ਕਰਨੀ ਹੈ ਠੀਕ ਹੈ ਤਾਂ ਸੰਵਿਧਾਨ ਸਭਾ ਵਿੱਚ ਸੰਸ਼ੋਧਨ ਕਰਨ ਸੰਬੰਧੀ ਜੋ ਸਮਾਨ ਸ਼ਕਤੀਆਂ ਹੁੰਦੀਆਂ ਹਨ ਉਹ ਰਾਜ ਸਭਾ ਦੇ ਕੋਲ ਤੇ ਲੋਕ ਸਭਾ ਦੇ ਕੋਲ ਕੀ ਹੋਣਗੀਆਂ ਸਮਾਨ ਹੋਣਗੀਆਂ ਠੀਕ ਹੈ ਸੋ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਪੇਪਰ ਵਿੱਚ ਬਹੁਤ ਜ਼ਿਆਦਾ ਚਾਂਸਸ ਹਨ ਮੋਸਟ ਐਕਸਪੈਕਟਿਡ ਕੁਐਸਚਨ ਹੈ ਤੁਸੀਂ ਇਸ ਨੂੰ ਜੋ ਹੈ ਨਾਲ-ਨਾਲ ਨੋਟਸ ਬਣਾ ਸਕਦੇ ਹੋ ਨੈਕਸਟ ਇੰਪੋਰਟੈਂਟ ਕੁਐਸਚਨ ਹੈ ਪਹਿਲੀ ਲੋਕ ਸਭਾ ਦੀ ਜੋ ਪਹਿਲੀ ਬੈਠਕ ਹੈ ਉਹ ਕਦੋਂ ਹੋਈ ਹੈ ਪਹਿਲੀ ਲੋਕ ਸਭਾ ਦੀ ਜ਼ਿਕਰ ਪਹਿਲੀ ਬੈਠਕ ਦੀ ਗੱਲ ਕੀਤੀ ਜਾਵੇ ਤਾਂ ਇਹ ਟਾਈਮ ਪੀਰੀਅਡ ਜੋ ਪੁੱਛਿਆ ਜਾ ਸਕਦਾ ਹੈ ਇਸ ਦਾ ਰਾਈਟ ਆਨਸਰ ਹੈ 13 ਮਈ 1952 ਨੂੰ 13 ਮਈ 1952 ਨੂੰ ਜੋ ਹੈ ਲੋਕ ਸਭਾ ਦੀ ਜੋ ਹੈ ਪਹਿਲੀ ਬੈਠਕ ਜੋ ਹੈ ਉਹ ਹੋਈ ਸੀ ਸੋ ਨੈਕਸਟ ਕੁਐਸਚਨ ਹੈ ਰਾਸ਼ਟਰਪਤੀ ਦੁਆਰਾ ਸਭ ਤੋਂ ਵੱਧ ਅਧਿਆਦੇਸ਼ ਕਿਹੜੇ ਸਾਲ ਵਿੱਚ ਜਾਰੀ ਕੀਤੇ ਗਏ ਸਨ ਜੇਕਰ ਅਧਿਆਦੇਸ਼ ਦੀ ਗੱਲ ਕੀਤੀ ਜਾਵੇ ਤਾਂ ਰਾਸ਼ਟਰਪਤੀ ਦੁਆਰਾ ਕਿਹੜਾ ਉਹ ਸਾਲ ਸੀ ਕਿਹੜਾ ਸਮਾਂ ਸੀ ਜਿਸ ਦੇ ਵਿੱਚ ਸਭ ਤੋਂ ਵੱਧ ਜੋ ਅਧਿਆਦੇਸ਼ ਸੀ ਉਹ ਜਾਰੀ ਕੀਤੇ ਗਏ ਸਨ ਸੋ ਇਸ ਦਾ ਰਾਈਟ ਜੋ ਆਨਸਰ ਹੋਏਗਾ 1993 ਦੇ ਵਿੱਚ ਜੋ ਸੀ ਉਸ ਵਿੱਚ ਰਾਸ਼ਟਰਪਤੀ ਦੁਆਰਾ ਸਭ ਤੋਂ ਵੱਧ ਜੋ ਹੈ ਅਧਿਆਦੇਸ਼ ਜਾਰੀ ਕੀਤੇ ਗਏ ਸਨ ਤੇ ਉਸ ਸਮੇਂ ਜੇਕਰ ਅਸੀਂ ਰਾਸ਼ਟਰਪਤੀ ਦੀ ਗੱਲ ਕਰੀਏ ਤਾਂ ਸ਼ੰਕਰ ਦਿয়াল ਸ਼ਰਮਾ ਜੋ ਹੈ ਉਸ ਸਮੇਂ ਦੇ ਜੋ ਕਿ ਹੋਏ ਹਨ ਰਾਸ਼ਟਰਪਤੀ ਹੋਏ ਹਨ ਸੋ ਪੁੱਛ ਲਿਆ ਜਾ ਸਕਦਾ ਹੈ ਕਿ ਉਸ ਸਮੇਂ ਦੇ ਰਾਸ਼ਟਰਪਤੀ ਦਾ ਨਾਮ ਦੱਸੋ ਜਿਸ ਸਮੇਂ ਸਭ ਤੋਂ ਵੱਧ ਅਧਿਆਦੇਸ਼ ਜਾਰੀ ਕੀਤੇ ਗਏ ਸੋ ਸਮਾਂ ਵੀ ਤੁਸੀਂ ਦੇਖ ਸਕਦੇ ਹੋ 1993 ਦਾ ਤੇ ਉਸ ਸਮੇਂ ਜੋ ਰਾਸ਼ਟਰਪਤੀ ਹਨ ਸ਼ੰਕਰ ਦਿਆਲ ਸ਼ਰਮਾ नैक्सट इंपोर्टेंट फैक्ट है उन्नीस सौ त्रेंट समय जो है कोई भी जो है अध्यादेश राष्ट्रपति वालों कोई भी जारी नहीं किया गया सो so, भी जो है टाइम पूछ लिया जा सक सद है कि समय जो है राष्ट्रपति द्वारा कोई भी अध्यादेश जारी नहीं किया गया तो वह समा उन्नीस सौ त्रेंट ईस्वी का ठीक है सो so, ये सारे ही इंपोर्टेंट फैक्ट जो हन पेपर किसी तरह भी क्वेश्चन जो है वह पूछया जा सकता है नैक्सट इंपोर्टेंट क्वेश्चन है 7ਵਾਂ ਕੁਐਸਚਨ ਮੱਧਵਰਤੀ ਚੋਣਾਂ ਲਈ ਪਹਿਲੀ ਵਾਰ ਜੋ ਹੈ ਸਮੇ ਤੋਂ ਪਹਿਲਾਂ ਜੋ ਭੰਗ ਕੀਤੀ ਗਈ ਲੋਕ ਸਭਾ ਕਿਹੜੀ ਸੀ ਮੱਧਵਰਤੀ ਚੋਣਾਂ ਲਈ ਜੋ ਹੈ ਸਮੇ ਤੋਂ ਸਭ ਤੋਂ ਪਹਿਲਾਂ ਜਿਹੜੀ ਭੰਗ ਕੀਤੀ ਗਈ ਲੋਕ ਸਭਾ ਜੋ ਸੀ ਉਹ ਕਿਹੜੀ ਸੀ ਤਾਂ ਉਸ ਲੋਕ ਸਭਾ ਦਾ ਜੋ ਹੈ ਸਾਨੂੰ ਟਾਈਮ ਪੁੱਛਿਆ ਹੈ ਉਹ ਹੈ 1970 ਦੇ ਵਿੱਚ ਜੋ ਚੌਥੀ ਲੋਕ ਸਭਾ ਹੋਈ ਹੈ ਮੱਧਵਰਤੀ ਚੋਣਾਂ ਦੇ ਸਮੇਂ ਇਹ ਜੋ ਲੋਕ ਸਭਾ ਸੀ ਉਹ ਭੰਗ ਕੀਤੀ ਗਈ ਸੀ ਸਭ ਤੋਂ ਪਹਿਲੀ ਵਾਰ ਠੀਕ ਹੈ ਸਮੇਂ ਤੋਂ ਪਹਿਲਾਂ ਸੋ ਇਹ ਚੌਥੀ ਲੋਕ ਸਭਾ ਸੀ 1970 ਈਸਵੀ ਦਾ ਇਸ ਦਾ ਟਾਈਮ ਪੀਰੀਅਡ ਹੈ ਨੈਕਸਟ ਇੰਪੋਰਟੈਂਟ ਕੁਐਸਚਨ ਹੈ ਭਾਰਤੀ ਸੰਵਿਧਾਨ ਦਾ ਇਹ ਭਾਗ ਫੇ ਫੇਬੀਅਨ ਸਮਾਜਵਾਦੀ ਸਥਾਪਨਾ ਕਰਦਾ ਹੈ ਕਥਨ ਕਿਸ ਦੇ ਨਾਲ ਸੰਬੰਧਿਤ ਹੈ ਜੋ ਸੰਵਿਧਾਨ ਸਭਾ ਦੇ ਵਿੱਚ ਫੇਬੀਅਨ ਸਮਾਜਵਾਦੀ ਸਥਾਪਨਾ ਦੀ ਗੱਲ ਕੀਤੀ ਗਈ ਹੈ ਤਾਂ ਇਹ ਕਥਨ ਹੈ ਇਹ ਕਿਸ ਦੇ ਨਾਲ ਸੰਬੰਧਿਤ ਹੈ ਸੋ ਬਹੁਤ ਹੀ ਇੰਪੋਰਟੈਂਟ ਇਹ ਕੁਐਸਚਨ ਹੈ ਇਹ ਹੈ ਰਾਜ ਦੇ ਨੀਤੀ ਦੇ ਨਿਰਦੇਸ਼ਕ ਦੇ ਸਿਧਾਂਤਾਂ ਦੇ ਨਾਲ ਤੁਸੀਂ ਇਸ ਦਾ ਆਨਸਰ ਦੇਖ ਸਕਦੇ ਹੋ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਨਾਲ ਜੋ ਹੈ ਇਹ ਕਥਨ ਹੈ ਜੋ ਹੈ ਉਸ ਦਾ ਸੰਬੰਧ ਹੈ ਨੈਕਸਟ ਇੰਪੋਰਟੈਂਟ ਕੁਐਸਚਨ ਹੈ ਸੰਵਿਧਾਨ ਰਿਵਿਊ ਕਮੇਟੀ ਦਾ ਗਠਨ ਕਦੋਂ ਹੋਇਆ ਮੋਸਟ ਇੰਪੋਰਟੈਂਟ ਕੁਐਸਚਨ ਹੈ ਰਿਵਿਊ ਕਮੇਟੀ ਜੋ ਕਨਸਟੀਟਿਊਸ਼ਨ ਰਿਵਿਊ ਕਮੇਟੀ ਹੈ ਉਸ ਦਾ ਟਾਈਮ ਪੁੱਛ ਲਿਆ ਜਾਂਦਾ ਹੈ ਕਦੋਂ ਇਹ ਜੋ ਹੈ ਬਿਲਟ ਹੋਈ ਇਸ ਦਾ ਗਠਨ ਕਦੋਂ ਹੋਇਆ ਸੋ ਇਸ ਦਾ ਰਾਈਟ ਆਪਸ਼ਨ ਜੋ ਹੈ ਉਹ ਟਾਈਮ ਹੈ 2000 ਦੇ ਵਿੱਚ 2000 ਦੇ ਵਿੱਚ ਜੋ 2000 ਦੇ ਵਿੱਚ ਕਨਸਟੀਟਿਊਸ਼ਨ ਰਿਵਿਊ ਕਮੇਟੀ ਹੈ ਉਸ ਦਾ ਗਠਨ ਹੋਇਆ ਹੈ ਤੇ ਇਸ ਦੇ ਵਿੱਚ ਜੇਕਰ ਅਸੀਂ ਅਧਿਐਕਸ਼ ਦੀ ਗੱਲ ਕਰੀਏ ਤੇ ਐਮ ਐਨ ਜੋ ਵਕਟਨ ਚਾਲਿਆ ਜੋ ਉਸ ਸਮੇਂ ਦੇ ਜੋ ਉਸ ਸਮੇਂ ਅਧਿਐਕਸ਼ ਸਨ ਕਾਨੂੰਨ ਮੰਤਰੀ ਉਸ ਸਮੇਂ ਜੋ ਹਨ अरुण जेटली ਜੀ ਤੇ ਪ੍ਰਧਾਨ ਮੰਤਰੀ ਜੋ ਸੀ ਉਹ ਅਟਲ ਵਿਹਾਰੀ ਬਾਜਪਈ ਸੀ ਸੋ ਇਹ ਸਾਰੇ ਹੀ ਇੰਪੋਰਟੈਂਟ ਫੈਕਟ ਹਨ ਉਸ ਸਮੇਂ ਰਿਵਿਊ ਕਮੇਟੀ ਦਾ ਜਦੋਂ ਗਠਨ ਹੋਇਆ ਉਸ ਸਮੇਂ ਜੋ ਹੈ ਅਧਿਐਕਸ਼ ਦਾ ਜੇਕਰ ਨਾਮ ਪੁੱਛਿਆ ਜਾਵੇ ਤਾਂ ਐਮ ਐਨ ਵਕਟਨ ਚਾਲੀਆ ਤੇ ਕਾਨੂੰਨ ਮੰਤਰੀ ਅਰुण जेटली ਪ੍ਰਧਾਨ ਮੰਤਰੀ ਅਟਲ ਵਿਹਾਰੀ ਬਾਜਪਾਈ ਤੇ ਰਿਵਿਊ ਕਮੇਟੀ ਦੇ ਗਠਨ ਦਾ ਸਮਾਂ ਹੈ 2000 ਸੋ ਇਸ ਤੋਂ ਬਾਅਦ ਨੈਕਸਟ ਜੋ ਸਾਡਾ 10ਵਾਂ ਕੁਐਸਚਨ ਹੈ ਬੇਰੋਜ਼ਗਾਰ ਲੋਕਾਂ ਦੇ ਲਈ ਜੋ ਬੇਰੋਜ਼ਗਾਰੀ ਭੱਤੇ ਵਿਵਸਥਾ ਕਰਨਾ ਜੋ ਹੈ ਬੇਰੋਜ਼ਗਾਰੀ ਦੇ ਭੱਤੇ ਜੋ ਉਹਨਾਂ ਦੀ ਵਿਵਸਥਾ ਕੀਤੀ ਗਈ ਉਹ ਕਿਸ ਦੇ ਨਾਲ ਸੰਬੰਧਿਤ ਹੈ ਕਿਸ ਦੇ ਵਿੱਚ ਜੋ ਹੈ ਬੇਰੋਜ਼ਗਾਰੀ ਪੱਤਿਆਂ ਦੀ ਗੱਲ ਕੀਤੀ ਗਈ ਬੇਰੋਜ਼ਗਾਰ ਲੋਕਾਂ ਦੇ ਲਈ ਸੋ ਇਸ ਤਰ੍ਹਾਂ ਕੁਐਸਚਨ ਪੁੱਛਿਆ ਜਾ ਸਕਦਾ ਹੈ ਤਾਂ ਇਸ ਦਾ ਰਾਈਟ ਆਪਸ਼ਨ ਹੈ ਜੋ ਰਾਜ ਦੇ ਨੀਤੀ ਦੇ ਸਾਡੇ ਨਿਰਦੇਸ਼ਕ ਸਿਧਾਂਤ ਹੋਏ ਹਨ ਉਸ ਦੇ ਵਿੱਚ ਜੋ ਹੈ ਬੇਰੋਜ਼ਗਾਰਾਂ ਦੇ ਲਈ ਬੇਰੋਜ਼ਗਾਰੀ ਪੱਤਿਆਂ ਦੀ ਜੋ ਵਿਵਸਥਾ ਕਰਨੀ ਹੈ ਉਹ ਸ਼ਾਮਿਲ ਕੀਤੀ ਗਈ ਹੈ ਸੋ ਬਹੁਤ ਹੀ ਇੰਪੋਰਟੈਂਟ ਹੈ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤ ਇਸ ਤੋਂ ਪਹਿਲਾਂ ਅਸੀਂ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਉੱਤੇ ਜੋ ਹੈ ਪੂਰਾ ਡਿਟੇਲ ਦੇ ਵਿੱਚ ਇੱਕ ਵੀਡੀਓ ਵਿੱਚ ਕਰ ਚੁੱਕੇ ਹਾਂ ਜਿਸ ਦੇ ਵਿੱਚ ਜੋ ਹੈ ਅਸੀਂ ਸਾਰੇ ਹੀ ਇਸ ਦੇ ਇੰਪੋਰਟੈਂਟ ਫੈਕਟ ਜਾਣੇ ਕਿ ਇਹ ਜੋ ਹੁੰਦੇ ਹਨ ਸਰਕਾਰ ਦੇ ਫਰਜ਼ ਹੁੰਦੇ ਹਨ ਜਿਵੇਂ ਇਸ ਦੇ ਵਿੱਚ ਬੇਰੋਜ਼ਗਾਰ ਲੋਕਾਂ ਨੂੰ ਬੇਰੋਜ਼ਗਾਰੀ ਭੱਤੇ ਦੀ ਵਿਵਸਥਾ ਕਰਨੀ ਹੈ ਏ ਜੋ ਹੈ ਇੱਕ ਨੀਤੀ ਦੇ ਨਿਰਦੇਸ਼ਕ ਸਿਧਾਂਤ ਹਨ ਸਰਕਾਰ ਇਸ ਦੇ ਲਈ ਜੋ ਹੈ ਕਾਨੂੰਨ ਬਣਾਉਂਦੀ ਹੈ ਉਸ ਦੇ ਲਈ ਸਟੈਪ ਚੱਕਦੀ ਹੈ ਪਰ ਇਸ ਦੇ ਵਿਰੁੱਧ ਜੋ ਹੈ ਕੋਈ ਵੀ ਵਿਅਕਤੀ ਜੋ ਹੈ ਸੁਪਰੀਮ ਕੋਰਟ ਦੇ ਵਿੱਚ ਰਿਟ ਜਾਰੀ ਨਹੀਂ ਕਰ ਸਕਦਾ ਕੋਈ ਵੀ ਜੋ ਹੈ ਇਸ ਦੇ ਉੱਤੇ ਐਕਸ਼ਨ ਨਹੀਂ ਲਿਆ ਜਾ ਸਕਦਾ ਇਹ ਸਰਕਾਰ ਦੇ ਫਰਜ਼ ਹੁੰਦੇ ਹਨ ਠੀਕ ਹੈ ਸੋ ਇਹ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਨਾਲ ਤੁਸੀਂ ਹੋਰ ਵੀ ਵਿਸਥਾਰ ਦੇ ਨਾਲ ਜੋ ਵੀਡੀਓ ਜੋ ਹੈ ਦੇਖ ਸਕਦੇ ਹੋ ਚੈਨਲ ਦੇ ਪਲੇਲਿਸਟ ਵਿੱਚ ਹੈ ਤੇ ਇਸ ਦੀ ਜੋ ਲਿੰਕ ਹੈ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਜੋ ਹੈ ਦੇ ਦਿੱਤਾ ਜਾਏਗਾ ਨੈਕਸਟ ਇੰਪੋਰਟੈਂਟ ਕੁਐਸਚਨ ਹੈ 11ਵਾਂ ਸੰਗ ਲੋਕ ਸੇਵਾ ਆਯੋਗ ਦਾ ਗਠਨ ਕਦੋਂ ਹੋਇਆ ਜੋ ਸੰਗ ਲੋਕ ਸੇਵਾ ਆਯੋਗ ਹੈ ਉਸ ਦਾ ਗਠਨ ਕਦੋਂ ਹੋਇਆ ਹੈ ਤਾਂ ਇਸ ਦਾ ਰਾਈਟ ਆਨਸਰ ਹੈ 1926 ਈਸਵੀ ਦੇ ਵਿੱਚ ਜੋ ਹੈ ਇਸ ਦਾ ਗਠਨ ਹੋਇਆ ਹੈ ਸੰਗ ਲੋਕ ਸੇਵਾ ਆਯੋਗ ਦਾ ਭਾਰਤ ਸਚਿਵ ਦੁਆਰਾ ਜੋ ਹੈ 5 ਮੈਂਬਰੀ ਲੋਕ ਸੇਵਾ ਆਯੋਗ ਦੀ ਸਥਾਪਨਾ ਕੀਤੀ ਗਈ ਹੈ ਉਸ ਸਮੇਂ ਜੋ ਹੈ ਸਰ ਰਾਮ ਬਾਕੁਰ ਜੋ ਸਨ ਇਸ ਜੋ ਲੋਕ ਸੇਵਾ ਆਯੋਗ ਦੇ ਅਧਿਐਕਸ਼ ਸਨ ਸੋ ਪੁੱਛ ਲਿਆ ਜਾ ਸਕਦਾ ਹੈ ਲੋਕ ਸੇਵਾ ਆਯੋਗ ਦਾ ਗਠਨ ਕਦੋਂ ਹੋਇਆ ਇਹ ਜੋ ਹੈ ਕਿੰਨੇ ਮੈਂਬਰੀ ਲੋਕ ਸੇਵਾ ਆਯੋਗ ਸੀ ਉਸ ਸਮੇਂ 5 ਮੈਂਬਰੀ ਲੋਕ ਸੇਵਾ ਆਯੋਗ ਦੀ ਜੋ ਹੈ ਭਾਰਤੀ ਸਚਿਵ ਦੇ ਦੁਆਰਾ ਸਥਾਪਨਾ ਕੀਤੀ ਗਈ ਤੇ ਸਰ ਰਾਮ ਬਾਕੁਰ ਜੋ ਸੀ ਉਸ ਸਮੇਂ ਜੋ ਸਨ ਅਧਿਐਕਸ਼ ਸਨ ਨੈਕਸਟ ਇੰਪੋਰਟੈਂਟ ਕੁਐਸਚਨ ਹੈ ਸੰਵਿਧਾਨ ਦੀ ਕਿਹੜੀ ਸੋਧ ਰਾਹੀਂ ਜੋ ਰਾਸ਼ਟਰੀ ਅਨੁਸੂਚਿਤ ਜਾਤੀਆਂ ਤੇ ਜਨ ਜਾਤੀ ਜੋ ਹੈ ਆਯੋਗ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਰਾਸ਼ਟਰੀ ਅਨੁਸੂਚਿਤ ਜਾਤੀਆਂ ਤੇ ਜਨ ਜਾਤੀ ਆਯੋਗ ਨੂੰ ਉਹ ਕਿਹੜੀ ਸੋਧ ਦੇ ਵਿੱਚ ਜੋ ਹੈ ਜਿਸ ਦੇ ਵਿੱਚ ਇਹਨਾਂ ਦੀ ਵੰਡ ਕੀਤੀ ਗਈ ਹੈ ਤਾਂ ਇਸ ਦਾ ਰਾਈਟ ਆਨਸਰ ਹੈ 2003 ਦੇ ਵਿੱਚ 2003 ਦੇ ਵਿੱਚ 69 ਜੋ uh, 89 ਜੋ ਅਮੈਂਡਮੈਂਟ ਹੋਈ ਹੈ ਜੋ 99ਵੀਂ ਸੋਧ ਹੋਈ ਹੈ ਉਸ ਦੇ ਵਿੱਚ ਜੋ ਹੈ ਰਾਸ਼ਟਰੀ ਅਨੁਸੂਚਿਤ ਜਾਤੀਆਂ ਤੇ ਜਨਜਾਤੀ ਆਯੋਗ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਸੋ ਤੁਸੀਂ ਰਾਈਟ ਡਾਊਨ ਕਰ ਸਕਦੇ ਹੋ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਇਸ ਤਰ੍ਹਾਂ ਦੇ ਜੋ ਹੈ ਅਮੈਂਡਮੈਂਟ ਦੇ ਨਾਲ ਰਿਲੇਟਡ ਜੋ ਇੰਪੋਰਟੈਂਟ ਫੈਕਟ ਹੁੰਦੇ ਹਨ ਪੇਪਰ ਵਿੱਚ ਪੁੱਛ ਲਏ ਜਾਂਦੇ ਹਨ ਨੈਕਸਟ ਇੰਪੋਰਟੈਂਟ ਕੁਐਸਚਨ ਹੈ ਵਣ ਤੇ ਜੰਗਲੀ ਜੀਵ ਜੰਤੂਆਂ ਅਤੇ ਪੰਛੀਆਂ ਦਾ ਜੋ ਸੁਰੱਖਿਆਣ ਵਿਸ਼ਾ ਹੈ ਵਿਧਾਨਿਕ ਸ਼ਕਤੀਆਂ ਦੀ ਕਿਹੜੀ ਸੂਚੀ ਦੇ ਵਿੱਚ ਆਉਂਦਾ ਹੈ ਜਿਵੇਂ ਸਾਡੀਆਂ ਜੋ ਤਿੰਨ ਸੂਚੀਆਂ ਹਨ ਸੰਘ ਸੂਚੀ ਰਾਜ ਸੂਚੀ ਸਮਵਰਤੀ ਸੂਚੀ ਇਹਨਾਂ ਸੂਚੀਆਂ ਦੇ ਵਿੱਚ ਜੇਕਰ ਅਸੀਂ ਜੰਗਲੀ ਜੀਵ ਜੰਤੂਆਂ ਪੰਛੀਆਂ ਸੁਰੱਖਿਆਣ ਦੀ ਇਹਨਾਂ ਦੀ ਗੱਲ ਕਰੀਏ ਤਾਂ ਇਹ ਵਿਧਾਨਕ ਸ਼ਕਤੀਆਂ ਦੀ ਕਿਹੜੀ ਸੂਚੀ ਦੇ ਵਿੱਚ ਆਉਂਦਾ ਹੈ ਸੋ ਇਸ ਦਾ ਜੇ ਰਾਈਟ ਆਪਸ਼ਨ ਦੇਖਿਆ ਜਾਵੇ ਤਾਂ ਇਹ ਸਮਵਰਤੀ ਸੂਚੀ ਜੋ ਸਾਡੀ ਤੀਸਰੀ ਜੋ ਸੂਚੀ ਹੁੰਦੀ ਹੈ ਜਿਸ ਦੇ ਵਿੱਚ ਰਾਜ ਵੀ ਕਾਨੂੰਨ ਬਣਾ ਸਕਦਾ ਹੈ ਤੇ ਜੋ ਇਸ ਦੇ ਵਿੱਚ ਕੇਂਦਰ ਵੀ ਜੋ ਹੈ ਕਾਨੂੰਨ ਬਣਾ ਸਕਦਾ ਹੈ ਸੋ ਸਮਵਰਤੀ ਸੂਚੀ ਦੇ ਵਿੱਚ ਜੋ ਹੈ ਇਹ ਵਿਸ਼ਾ ਜੋ ਹੈ ਇਹ ਆਉਂਦਾ ਹੈ ਨੈਕਸਟ ਕੁਐਸਚਨ ਹੈ ਭਾਰਤ ਦੀ ਪਹਿਲੀ ਉਪ ਰਾਸ਼ਟਰਪਤੀ ਜੋ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਦਾ ਨਾਮ ਪੁੱਛਿਆ ਹੈ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਕੌਣ ਹੋਏ ਹਨ ਸੋ ਇਸ ਦਾ ਜੋ ਰਾਈਟ ਆਪਸ਼ਨ ਹੋਏਗਾ ਉਹ ਹੈ ਰਾਧਾਕ੍ਰਿਸ਼ਨਨ ਜੀ ਜੋ ਉਸ ਸਮੇਂ ਭਾਰਤ ਦੇ ਜੋ ਪਹਿਲੇ ਉਪ ਰਾਸ਼ਟਰਪਤੀ ਜੋ ਸਨ ਉਹ ਹੋਏ ਸਨ ਉਹਨਾਂ ਦਾ ਟਾਈਮ ਪੀਰੀਅਡ ਸੀ 1952 ਤੋਂ ਲੈ ਕੇ 1962 ਇਸਵੀ ਤੱਕ ਦਾ 1952 ਤੋਂ 1962 ਇਸ ਵੀ ਤੱਕ ਰਾਦਾ ਕ੍ਰਿਸ਼ਨ ਜੋਹਨ ਉਹ ਉਪ ਰਾਸ਼ਟਰਪਤੀ ਹੋਏ ਹਨ ਭਾਰਤ ਦੇ ਪਹਿਲੇ ਠੀਕ ਹੈ ਸੋ ਇਹ ਕੁਐਸਚਨ ਬਹੁਤ ਵਾਰ ਪੀਐਸਟੈਟ ਵਿੱਚ ਵੀ ਰਿਪੀਟ ਹੋਇਆ ਹੈ ਮਾਸਟਰ ਕਾਰਡਰ ਵਿੱਚ ਵੀ ਰਿਪੀਟ ਹੋਇਆ ਹੈ ਸੋ ਤੁਸੀਂ ਸਾਰੇ ਹੀ ਕੁਐਸਚਨ ਨੂੰ ਡਿਟੇਲ ਦੇ ਵਿੱਚ ਕਰਨਾ ਹੈ ਤਾਂ ਜੋ ਤੁਹਾਡਾ ਕੋਈ ਵੀ ਕੁਐਸਚਨ ਜੋ ਹੈ ਈਜ਼ੀ ਵੀ ਇਹ ਦੇ ਨਾਲ ਪੇਪਰ ਵਿੱਚ ਪੁੱਛਿਆ ਗਿਆ ਹੋਵੇ ਤੇ ਤੁਸੀਂ ਕਨਫਿਊਜ਼ਨ ਦੇ ਨਾਲ ਇਸ ਨੂੰ ਜੋ ਹੈ ਗਲਤ ਕੀਤਾ ਹੋਵੇ ਸੋ ਨੈਕਸਟ ਕੁਐਸ਼ਨ ਹੈ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਸੋਧ ਸਮੇਂ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਸੀ ਜਦੋਂ ਸੰਵਿਧਾਨ ਦੀ ਪ੍ਰਸਤਾਵਨਾ ਦੀ ਵਿੱਚ ਜੋ ਸੋਧ ਹੋਈ ਸੀ ਸੋਧ ਦਾ ਸਮਾਂ ਜੇਕਰ ਤੁਹਾਨੂੰ ਪਤਾ ਹੈ ਤਾਂ ਸਾਨੂੰ ਇਸ ਦੇ ਨਾਲ ਇਸ ਕੁਐਸ਼ਨ ਦੇ ਨਾਲ ਹੋਰ ਵੀ ਜੋ ਇੰਪੋਰਟੈਂਟ ਫੈਕਟ ਪੁੱਛਿਆ ਗਿਆ ਹੈ ਕਿ ਉਸ ਸਮੇਂ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਸੀ ਇਸ ਤਰ੍ਹਾਂ ਰਿਲੇਟ ਕਰਕੇ ਤੁਹਾਨੂੰ ਕੁਐਸ਼ਨ ਪੁੱਛਿਆ ਜਾ ਸਕਦਾ ਹੈ ਸੋ ਇਸ ਦਾ ਰਾਈਟ ਆਪਸ਼ਨ ਜੋ ਹੈ ਉਹ ਹੈ ਬਹੁਤ ਹੀ ਇੰਪੋਰਟੈਂਟ ਇੰਦਰਾ ਗਾਂਧੀ ਜੋ ਉਸ ਸਮੇਂ ਸੀ ਜਦੋਂ ਸੰਵਿਧਾਨ ਦੇ ਵਿੱਚ ਜੋ ਹੈ ਸੋਧ ਕੀਤੀ ਗਈ ਸੀ ਪ੍ਰਸਤਾਵਨਾ ਦੀ 1976 ਈਸਵੀ ਦੇ ਵਿੱਚ ਇਹ ਸੋਧ ਹੋਈ ਸੀ ਇਸ ਨੂੰ 42ਵੀਂ ਸੋਧ ਵੀ ਜੋ ਹੈ ਉਹ ਕਿਹਾ ਜਾਂਦਾ ਹੈ ਜਿਸ ਨੂੰ ਮਿਨੀ ਕਨਸਟੀਟਿਊਸ਼ਨ ਜੋ ਹੈ ਵਿਵਾਦਗ੍ਰਸਤ ਸੋਧ ਬਹੁਤ ਸਾਰੇ ਜੋ ਇਸ ਦੇ ਵਿੱਚ ਇਤਿਹਾਸਿਕ ਇਸ ਨੂੰ ਜੋ ਹੈ ਫੈਕਟ ਦੇ ਨਾਲ ਇਸ ਸੋਧ ਨੂੰ ਜੋੜਿਆ ਹੈ ਸੋ ਇੰਦਰਾ ਗਾਂਧੀ ਜੋ ਸਨ ਉਸ ਸਮੇਂ ਦੇਸ਼ ਦੇ ਜੋ ਪ੍ਰਧਾਨ ਮੰਤਰੀ ਸਨ ਬਹੁਤ ਹੀ ਇੰਪੋਰਟੈਂਟ ਫੈਕਟ ਤੁਸੀਂ ਇਸ ਦੇ ਵਿੱਚ ਦੇਖ ਸਕਦੇ ਹੋ ਨੈਕਸਟ ਇੰਪੋਰਟੈਂਟ ਕੁਐਸਚਨ ਹੈ ਦਲ ਬਦਲੂ ਕਾਨੂੰਨ ਨੂੰ ਸੰਵਿਧਾਨ ਦੀ ਕਿਹੜੀ ਸੂਚੀ ਦੇ ਵਿੱਚ ਰੱਖਿਆ ਗਿਆ ਜੋ ਦਲ ਬਦਲੂ ਕਾਨੂੰਨ ਸੀ ਇਸ ਨੂੰ ਸੰਵਿਧਾਨ ਦੇ ਵਿੱਚ ਕਿਹੜੀ ਸੂਚੀ ਵਿੱਚ ਰੱਖਿਆ ਗਿਆ ਤਾਂ ਇਸ ਦਾ ਰਾਈਟ ਆਨਸਰ ਹੈ 10ਵੀਂ ਸੂਚੀ ਦੇ ਵਿੱਚ ਜੋ ਹੈ ਦਲ ਬਦਲੂ ਕਾਨੂੰਨ ਹੈ ਦਲ ਬਦਲੀ ਸੰਬੰਧੀ ਠੀਕ ਹੈ 10ਵੀਂ ਅਨੁਸੂਚੀ ਦੇ ਵਿੱਚ ਜੇਕਰ ਤੁਸੀਂ ਅਨੁਸੂਚੀਆਂ ਦੇ ਬਾਰੇ ਇਸ ਤਰ੍ਹਾਂ ਦੇ ਕੁਐਸਚਨ ਦੇ ਨਾਲ ਰਿਲੇਟਡ ਸਾਰੇ ਹੀ ਇੰਪੋਰਟੈਂਟ ਫੈਕਟ ਕਰਨਾ ਚਾਹੁੰਦੇ ਤਾਂ ਇਸ ਦੀ ਵੀਡੀਓ ਵੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗੀ ਅਸੀਂ ਅਨੁਸੂਚੀਆਂ ਦੇ ਨਾਲ ਰਿਲੇਟਡ ਵੀ ਸਾਰੇ ਜੋ ਇੰਪੋਰਟੈਂਟ ਫੈਕਟ ਹਨ ਉਹ ਇੱਕ ਵੀਡੀਓ ਦੇ ਵਿੱਚ ਕਰ ਚੁੱਕੇ ਹਾਂ ਸੋ ਉਸ ਸਮੇ ਜੇਕਰ ਅਸੀਂ ਪ੍ਰਧਾਨ ਮੰਤਰੀ ਦੀ ਗੱਲ ਕਰੀ ਤਾਂ ਰਾਜੀਵ ਗਾਂਧੀ ਜੋ ਸਾਨੂੰ ਉਸ ਸਮੇ ਗਿਆਨੀ ਜੈਲ ਸਿੰਘ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਸਨ ਸੋ so, 1985 ਈਸਵੀ ਦੇ ਵਿੱਚ ਜੋ ਹੈ ਦਲ ਬਦਲੀ ਜਦੋਂ ਕਾਨੂੰਨ ਜੋ ਹੈ ਇਹ 55ਵੀਂ ਸੋਧ ਸਮੇਂ ਜੋ ਹੈ ਪਾਸ ਹੋਇਆ ਸੀ ਇਸ ਦੇ ਨਾਲ ਰਿਲੇਟਡ ਵੀ ਇਸ ਤਰ੍ਹਾਂ ਕੋ ਤੁਹਾਨੂੰ ਇਫੈਕਟ ਪੁੱਛਿਆ ਜਾ ਸਕਦਾ ਹੈ ਇੱਕ ਤਾਂ ਇਹ 10ਵੀਂ ਸੂਚੀ ਦੇ ਵਿੱਚ ਜੋ ਰੱਖਿਆ ਗਿਆ ਸੀ ਦਲ ਬਦਲੀ ਕਾਨੂੰਨ ਉਸ ਸਮੇਂ ਪ੍ਰਧਾਨ ਮੰਤਰੀ ਜੋ ਹਨ ਰਾਜੀਵ ਗਾਂਧੀ ਗਿਆਨੀ ਜੈਲ ਸਿੰਘ ਇਸ ਜੋ ਇੰਪੋਰਟੈਂਟ ਨੇਮ ਤੁਸੀਂ ਦੇਖ ਸਕਦੇ ਹੋ ਇਸ ਦੇ ਨਾਲ 1985 ਈਸਵੀ ਦੇ ਵਿੱਚ 59ਵੀਂ ਜੋ ਸੋਧ ਸੀ ਉਸ ਸਮੇਂ ਜੋ ਸੀ ਇਹ ਦਲ ਬਦਲੀ ਕਾਨੂੰਨ ਜੋ ਸੀ ਉਹ ਪਾਸ ਹੋਇਆ ਸੀ ਨੈਕਸਟ ਇੰਪੋਰਟੈਂਟ ਕੁਐਸਚਨ ਹੈ ਰਾਸ਼ਟਰਪਤੀ ਨੂੰ ਕਿਹੜਾ ਅਨੁਛੇਦ ਇਹ ਅਧਿਕਾਰ ਦਿੰਦਾ ਹੈ ਜਿਸ ਦੇ ਰਾਹੀਂ ਉਹ ਚੋਣ ਕਮਿਸ਼ਨ ਦੇ ਜੋ ਬਾਕੀ ਚੋਣ ਕਮਿਸ਼ਨਰਾਂ ਦੀ ਸੰਖਿਆ ਨਿਸ਼ਚਿਤ ਕਰਦਾ ਹੈ ਰਾਸ਼ਟਰਪਤੀ ਨੂੰ ਕਿਹੜਾ ਅਨੁਛੇਦ ਹੈ ਜੋ ਇਹ ਅਧਿਕਾਰ ਦਿੰਦਾ ਕਿ ਚੋਣ ਕਮਿਸ਼ਨ ਦੇ ਜੋ ਬਾਕੀ ਚੋਣ ਕਮਿਸ਼ਨਰ ਹੁੰਦੇ ਹਨ ਉਹਨਾਂ ਦੀ ਸੰਖਿਆ ਜੋ ਹੈ ਨਿਰਧਾਰਤ ਕਰਨੀ ਹੈ ਸੋ ਇਹ ਅਨੁਛੇਦ ਹੈ ਜਿਸ ਦੇ ਵਿੱਚ ਰਾਸ਼ਟਰਪਤੀ ਨੂੰ ਰਾਈਟ ਦਿੱਤਾ ਗਿਆ ਹੈ ਉਹ ਹੈ 324 324 ਜੋ ਹੈ ਆਰਟੀਕਲ ਹੈ 324 ਅਨੁਛੇਦ 2 ਭਾਗ ਦੇ ਵਿੱਚ ਇਹ ਜੋ ਰਾਸ਼ਟਰਪਤੀ ਨੂੰ ਅਧਿਕਾਰ ਦਿੱਤਾ ਗਿਆ ਹੈ ਕਿ ਉਸ ਨੇ ਚੋਣ ਕਮਿਸ਼ਨਰ ਕਮਿਸ਼ਨ ਦੇ ਜੋ ਬਾਕੀ ਚੋਣ ਕਮਿਸ਼ਨਰਾਂ ਦੀ ਜੋ ਹੈ ਉਹ ਸੰਖਿਆ ਜੋ ਹੈ ਉਸ ਨੇ ਨਿਸ਼ਚਿਤ ਕਰਨੀ ਹੈ ਨੈਕਸਟ ਇੰਪੋਰਟੈਂਟ ਕੁਐਸਚਨ ਹੈ ਹੁਣ ਤੱਕ ਸੁਪਰੀਮ ਕੋਰਟ ਦੇ ਪ੍ਰਮੁੱਖ ਜੱਜ ਦਾ ਸਭ ਤੋਂ ਜੋ ਲੰਬਾ ਕਾਰਜਕਾਲ ਹੈ ਕਿਸ ਦਾ ਰਿਹਾ ਹੈ ਸੁਪਰੀਮ ਕੋਰਟ ਦੇ ਜੱਜ ਦਾ ਨਾਮ ਪੁੱਛਿਆ ਗਿਆ ਹੈ ਜਿਸ ਦਾ ਅੱਜ ਤੱਕ ਦਾ ਜੋ ਹੈ ਸਭ ਤੋਂ ਜੋ ਲੰਬਾ ਕਾਰਜਕਾਲ ਰਿਹਾ ਹੈ ਸੋ ਬਹੁਤ ਹੀ ਇੰਪੋਰਟੈਂਟ ਇਸ ਤਰ੍ਹਾਂ ਦਾ ਕੁਐਸਚਨ ਪੁੱਛ ਲਿਆ ਜਾਂਦਾ ਹੈ ਸੁਪਰੀਮ ਕੋਰਟ ਦਾ ਸਭ ਤੋਂ ਜੋ ਪ੍ਰਮੁੱਖ ਜੱਜ ਜੋ ਘੱਟ ਕਾਰਜ ਕਰ ਰਿਹਾ ਹੈ ਜਾਂ ਲੰਬਾ ਕਾਰਜ ਕਰ ਰਿਹਾ ਹੈ ਇਸ ਤਰ੍ਹਾਂ ਦੇ ਇੰਪੋਰਟੈਂਟ ਕੁਐਸਚਨ ਜੋ ਹਨ ਪੇਪਰ ਦੇ ਵਿੱਚ ਜੋ ਪੁੱਛੇ ਜਾ ਸਕਦੇ ਹਨ ਸੋ ਇਸ ਦਾ ਰਾਈਟ ਆਨਸਰ ਜੋ ਹੈ ਇਸ ਦਾ ਰਾਈਟ ਆਨਸਰ ਹੈ ਵੀ ਵੀ ਚੰਦਰ ਚੂਹੜ ਜੋ ਹੈ ਇਸ ਦਾ ਰਾਈਟ ਆਨਸਰ ਹੈ ਜੋ ਕਿ ਸੁਪਰੀਮ ਕੋਰਟ ਦੇ ਪ੍ਰਮੁੱਖ ਜੱਜ ਰਹੇ ਹਨ ਤੇ ਸਭ ਤੋਂ ਲੰਬਾ ਕਾਰਜਕਾਲ ਇਹਨਾਂ ਦਾ ਰਿਹਾ ਹੈ ਤੇ ਇਸ ਦੇ ਨਾਲ ਹੀ ਤੁਸੀਂ ਫੈਕਟ ਕਲੀਅਰ ਕਰ ਸਕਦੇ ਹੋ ਜੇਕਰ ਇਸ ਦਾ ਘੱਟ ਕਾਰਜਕਾਲ ਪੁੱਛ ਲਿਆ ਜਾਵੇ ਸੁਪਰੀਮ ਕੋਰਟ ਦੇ ਪ੍ਰਮੁੱਖ ਜੱਜ ਦਾ ਜਿਨ੍ਹਾਂ ਨੇ ਸਭ ਤੋਂ ਘੱਟ ਸਮੇਂ ਦੇ ਲਈ ਜੋ ਹੈ ਟੈਨਿਓਰ ਦੇ ਵਿੱਚ ਜੋ ਹੈ ਸਮੇਂ ਦੇ ਵਿੱਚ ਆਪਣਾ ਜੋ ਹੈ ਸੇਵਾ ਨਿਭਾਈ ਹੈ ਕਾਰਜਕਾਲ ਰਿਹਾ ਹੈ ਸਭ ਤੋਂ ਘੱਟ ਤਾਂ ਉਹ ਹੈ ਕੇ ਐਨ ਸਿੰਘ ਬਹੁਤ ਹੀ ਇੰਪੋਰਟੈਂਟ ਤੁਸੀਂ ਦੇਖ ਸਕਦੇ ਹੋ ਨੈਕਸਟ ਜੇਕਰ ਤੁਹਾਨੂੰ ਪੁੱਛ ਲਿਆ ਜਾਵੇ ਭਾਰਤ ਦੇ ਪਹਿਲੇ ਪ੍ਰਮੁੱਖ ਸੁਪਰੀਮ ਕੋਰਟ ਜੋ ਜੱਜ ਕਿਹੜੇ ਹੋਏ ਸਨ ਜੋ ਪਹਿਲੇ ਪ੍ਰਮੁੱਖ ਸੁਪਰੀਮ ਕੋਰਟ ਜੱਜ ਸਨ ਉਹ ਸਨ ਹੀਰਾ ਲਾਲ ਜੇ ਕਾਨੀਆਂ ਜੇ ਕਾਨੀਆਂ ਵੀ ਤੁਸੀਂ ਯਾਦ ਰੱਖ ਸਕਦੇ ਹੋ ਬਹੁਤ ਹੀ ਇੰਪੋਰਟੈਂਟ ਜੋ ਹੈ ਇਸ ਤਰ੍ਹਾਂ ਤੁਹਾਨੂੰ ਇਸ ਦੇ ਨਾਲ ਤੁਹਾਡੇ 3-4 ਕੁਐਸਚਨ ਜੋ ਇੰਪੋਰਟੈਂਟ ਇਸ ਤਰ੍ਹਾਂ ਦੇ ਪੁੱਛੇ ਜਾ ਸਕਦੇ ਹਨ ਕਲੀਅਰ ਹੁੰਦੇ ਹਨ ਜੇਕਰ ਲੰਬਾ ਕਾਰਜਕਾਲ ਪੁੱਛਿਆ ਜਾਵੇ ਤਾਂ ਵੀ ਵੀ ਚੰਦਰ ਚੋਹੜ ਘੱਟ ਪੁੱਛਿਆ ਜਾਵੇ ਤਾਂ ਕੇ ਐਨ ਸਿੰਘ ਇਸ ਦੇ ਨਾਲ ਹੀ ਜੋ ਪ੍ਰਮੁੱਖ ਪ੍ਰੀਮ ਕੋਰਟ ਜੱਜ ਹੋਏ ਹਨ ਭਾਰਤ ਦੇ ਪਹਿਲੇ ਫਰਸਟ ਪੁੱਛੇ ਜਾਣ ਤਾਂ ਹੀਰਾ ਲਾਲ ਜੇ ਕਾਨੀਆ ਇਸ ਦੇ ਨਾਲ ਜੋ ਨੈਕਸਟ ਇੰਪੋਰਟੈਂਟ ਕੁਐਸਚਨ ਹੈ ਮੋਡਲੇ ਸੰਵਿਧਾਨ ਦੇ ਵਿੱਚ ਵੋਟ ਪਾਉਣ ਦੀ ਘੱਟੋ ਘੱਟ ਉਮਰ ਕਿੰਨੀ ਰੱਖੀ ਗਈ ਸੀ ਅਸੀਂ ਜਾਣਦੇ ਹਾਂ ਕਿ ਇੱਕ ਜੋ ਹੈ ਅਮੈਂਡਮੈਂਟ ਹੋਈ ਸੀ ਜਿਸ ਦੇ ਵਿੱਚ ਜੋ ਹੈ ਜਿਵੇਂ ਹੁਣ ਅਸੀਂ 18 ਇਅਰ ਜੋ ਹੈ ਸਾਡੀ ਏਜ ਹੈ ਤੇ ਅਸੀਂ ਵੋਟ ਪਾ ਸਕਦੇ ਹਾਂ ਪਰ ਮੋਡਲੇ ਸੰਵਿਧਾਨ ਦੇ ਵਿੱਚ ਜੋ ਵੋਟ ਪਾਉਣ ਦੀ ਘੱਟੋ ਘੱਟ ਉਮਰ ਕਿੰਨੀ ਰੱਖੀ ਗਈ ਸੀ ਇਸ ਦੇ ਵਿੱਚ ਤੁਹਾਨੂੰ ਪੁੱਛਿਆ ਗਿਆ ਹੈ ਕੁਐਸਚਨ ਦੇ ਵਿੱਚ ਤਾਂ ਇਸ ਦਾ ਰਾਈਟ ਆਨਸਰ ਜੋ ਹੈ 21 ਸਾਲ 21 ਸਾਲ ਦੀ ਜੋ ਉਮਰ ਸੀ ਸਭ ਤੋਂ ਪਹਿਲਾਂ ਮੋਡਲੇ ਸੰਵਿਧਾਨ ਦੇ ਵਿੱਚ ਵੋਟ ਪਾਉਣ ਰੱਖੀ ਗਈ ਸੀ ਤੇ ਇਹ ਵੀ ਤੁਹਾਨੂੰ ਇੰਪੋਰਟੈਂਟ ਫੈਕਟ ਇਸ ਦੇ ਨਾਲ ਕਲੀਅਰ ਹੋਣਾ ਚਾਹੀਦਾ ਹੈ ਕਿ ਜੋ 18 ਸਾਲ ਉਮਰ ਕੀਤੀ ਗਈ ਹੈ ਬਾਅਦ ਦੇ ਵਿੱਚ ਉਹ ਕਿਹੜੀ ਸੋਧ ਦੇ ਰਾਹੀਂ ਕੀਤੀ ਗਈ ਹੈ ਕਿਉਂਕਿ ਇਸ ਤਰ੍ਹਾਂ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਜੋ ਵੋਟ ਪਾਉਣ ਦੀ ਜੋ ਉਮਰ ਹੈ ਉਹ ਘੱਟੋ ਘੱਟ ਪਹਿਲਾਂ 21 ਸਾਲ ਸੀ ਜੋ 18 ਸਾਲ ਕੇ ਸੋਧ ਦੇ ਨਾਲ ਕੀਤੀ ਗਈ ਤਾਂ ਇਹ 61ਵੀਂ ਸੋਧ ਹੋਈ ਸੀ 1999 ਦੇ ਵਿੱਚ ਜੋ ਹੈ 89 ਦੇ ਵਿੱਚ ਜੋ ਹੈ ਇਹ ਸੋਧ ਹੋਈ ਸੀ 1989 ਦੇ ਵਿੱਚ ਜੋ 68ਵੀਂ ਸੋਚ ਸੀ ਇਸ ਦੇ ਵਿੱਚ ਜੋ ਹੈ ਉਮਰ ਜੋ ਹੈ ਵੋਟ ਪਾਉਣ ਦੀ 21 ਸਾਲ ਤੋਂ ਜੋ ਹੈ 18 ਸਾਲ ਕਰ ਦਿੱਤੀ ਗਈ ਸੀ ਸੋ ਸਾਰੇ ਹੀ ਕੁਐਸਚਨ ਜੋ ਹਨ ਐਗਜ਼ਾਮ ਰੈਲੇਵੈਂਟ ਹਨ ਤੁਸੀਂ ਇਸ ਦੇ ਨੋਟਸ ਬਣਾ ਕੇ ਇਸ ਵੀਡੀਓ ਨੂੰ 2-3 ਵਾਰ ਐਗਜ਼ਾਮ ਤੋਂ ਪਹਿਲਾਂ ਵੀ ਜੋ ਹੈ ਰਿਵਾਈਜ਼ ਕਰਕੇ ਆਪਣੀ ਜੋ ਪ੍ਰੈਪਰੇਸ਼ਨ ਹੈ ਉਹ ਵਧੀਆ ਕਰ ਸਕਦੇ ਹੋ ਨੈਕਸਟ ਇੰਪੋਰਟੈਂਟ ਕੁਐਸਚਨ ਹੈ ਰਾਜ ਸਭਾ ਦੇ ਵਿੱਚ ਵਿਰੋਧੀ ਦਲ ਦਾ ਪਹਿਲਾ ਨੇਤਾ ਕੌਣ ਸੀ ਜੇਕਰ ਅਸੀਂ ਰਾਜ ਸਭਾ ਦੇ ਵਿੱਚ ਵਿਰੋਧੀ ਦਲ ਦੇ ਪਹਿਲਾ ਨੇਤਾ ਦੀ ਗੱਲ ਕਰੀਏ ਤਾਂ ਇਸ ਦਾ ਨਾਮ ਵੀ ਜੋ ਹੈ ਪੇਪਰ ਵਿੱਚ ਪੁੱਛ ਲਿਆ ਜਾ ਸਕਦਾ ਹੈ ਇਸ ਦਾ ਰਾਈਟ ਆਨਸਰ ਹੈ ਐਮ ਐਸ ਪ੍ਰਸ਼ਾਦ ਜੋ ਮਿਸ਼ਰਾ ਇਹ ਜੋ ਸਨ ਰਾਜ ਸਭਾ ਦੇ ਵਿੱਚ ਵਿਰੋਧੀ ਦਲ ਦੇ ਪਹਿਲੇ ਨੇਤਾ ਹੋਏ ਸਨ ਸੋ ਇਸ ਤਰ੍ਹਾਂ ਤੁਹਾਨੂੰ ਇੰਪੋਰਟੈਂਟ ਕੁਐਸਚਨ ਜੋ ਹੈ ਪੁੱਛੇ ਜਾ ਸਕਦੇ ਹਨ ਨੈਕਸਟ ਇੰਪੋਰਟੈਂਟ ਕੁਐਸਚਨ ਹੈ ਲੋਕ ਸਭਾ ਵਿੱਚ ਵਿਰੋਧੀ ਦਲ ਦਾ ਪਹਿਲਾ ਨੇਤਾ ਕੀ ਸੀ ਇਹ ਅਸੀਂ ਕੀਤਾ ਰਾਜ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਜੋ ਹੈ ਵਿਰੋਧੀ ਦਲ ਦਾ ਪਹਿਲਾ ਨੇਤਾ ਐਮ ਐਸ ਮਿਸ਼ਰਾ ਜੇਕਰ ਅਸੀਂ ਲੋਕ ਸਭਾ ਦੇ ਵਿੱਚ ਵਿਰੋਧੀ ਦਲ ਦੇ ਪਹਿਲਾ ਨੇਤਾ ਦੀ ਗੱਲ ਕਰੀਏ ਤਾਂ ਇਹ ਹੈ ਰਾਮ ਸਿੰਘ ਜੋ ਹੈ ਇਸ ਦੇ ਜੋ ਪਹਿਲੇ ਨੇਤਾ ਹੋਏ ਹਨ ਵਿਰੋਧੀ ਦਲ ਦੇ 1969 ਤੋਂ 70 ਦੀ ਜੋ ਚੌਥੀ ਲੋਕ ਸਭਾ ਦੌਰਾਨ ਜੋ ਹੈ ਇਹ ਲੋਕ ਸਭਾ ਦੇ ਜੋ ਵਿਰੋਧੀ ਦਲ ਦੇ ਪਹਿਲੇ ਨੇਤਾ ਹੋਏ ਸਨ ਤੇ ਸੋਨੀਆ ਗਾਂਧੀ ਦੀ ਇਸ ਦੇ ਵਿੱਚ ਇੰਪੋਰਟੈਂਟ ਫੈਕਟ ਦੱਸਿਆ ਗਿਆ ਹੈ ਕਿ ਜੋ ਸੋਨੀਆ ਗਾਂਧੀ ਸਨ ਇਹ ਪਹਿਲੀ ਮਹਿਲਾ ਨੇਤਾ ਹੋਏ ਸਨ ਜੋ ਵਿਰੋਧੀ ਦਲ ਦੇ ਨੇਤਾ ਸਨ ਲੋਕ ਸਭਾ ਦੇ ਵਿੱਚ ਜੇਕਰ ਅਸੀਂ ਜੋ ਹੈ ਮਹਿਲਾ ਦੀ ਗੱਲ ਕਰੀਏ ਤਾਂ ਸੋਨੀਆ ਗਾਂਧੀ ਦਾ ਨਾਮ ਇਸ ਦੇ ਵਿੱਚ ਤੁਸੀਂ ਯਾਦ ਰੱਖਣਾ ਹੈ ਸੋਨੀਆ ਗਾਂਧੀ ਪਹਿਲੀ ਮਹਿਲਾ ਨੇਤਾ ਹੋਏ ਸਨ ਵਿਰੋਧੀ ਦਲ ਦੇ ਤੇ ਜੇਕਰ ਅਸੀਂ ਲੋਕ ਸਭਾ ਦੇ ਉਹ ਪੁੱਛਿਆ ਜਾਵੇ ਉਹ ਵਿਰੋਧੀ ਦਲ ਦੇ ਉਹਦਾ ਨੇਤਾ ਜੋ ਮਹਿਲਾ ਤੋਂ ਕੈਟਾਗਰੀ ਤੋਂ ਬਿਨਾ ਜੋ ਸਨ ਤਾਂ ਉਹ ਸਨ ਜੋ ਸਾਡੇ ਮੇਲ ਦੇ ਕੈਟਾਗਰੀ ਦੇ ਵਿੱਚ ਰਾਮ ਸਿੰਘ ਜੋ ਸਨ 1969 ਤੋਂ 70 ਚੌਥੀ ਲੋਕ ਸਭਾ ਦੇ ਦੌਰਾਨ ਹੋਏ ਸਨ ਨੈਕਸਟ ਇੰਪੋਰਟੈਂਟ ਕੁਐਸਚਨ ਤੁਸੀਂ ਦੇਖ ਸਕਦੇ ਹੋ ਇੱਕਮਾਤਰ ਲੋਕ ਸਭਾ ਅਧਿਐਕਸ਼ ਜੋ ਭਾਰਤ ਦਾ ਰਾਸ਼ਟਰਪਤੀ ਬਣਿਆ ਉਸ ਦਾ ਕੀ ਨਾਮ ਸੀ ਇੱਕਮਾਤਰ ਲੋਕ ਸਭਾ ਅਧਿਖ ਹੋਏ ਹਨ ਲੋਕ ਸਭਾ ਦੇ ਅਧਿਖਤਾ ਜੋ ਉਹਨਾਂ ਨੂੰ ਮਿਲੀ ਸੀ ਜੋ ਭਾਰਤ ਦਾ ਜੋ ਬਾਅਦ ਵਿੱਚ ਕੀ ਬਣ ਜਾਂਦੇ ਹਨ ਰਾਸ਼ਟਰਪਤੀ ਬਣ ਜਾਂਦੇ ਹਨ ਸੋ ਬਹੁਤ ਹੀ ਇੰਪੋਰਟੈਂਟ ਜੋ ਇਹ ਕੁਐਸਚਨ ਹੈ ਇਹ ਕੁਐਸਚਨ ਮੋਸਟ ਐਕਸਪੈਕਟਿਡ ਕੁਐਸਚਨ ਹੈ ਕਿਉਂਕਿ ਇਸ ਦੇ ਵਿੱਚ ਤੁਸੀਂ ਰਾਈਟ ਆਨਸਰ ਦੇਖ ਸਕਦੇ ਹੋ ਨੀਲਮ ਸੰਜੀਵਾ ਰੈਡੀ ਜੋ ਹਨ ਇਹ ਬਹੁਤ ਹੀ ਇੰਪੋਰਟੈਂਟ ਹੈ ਜੋ ਕਿ ਪਹਿਲਾਂ ਕੀ ਰਹੇ ਸਨ ਲੋਕ ਸਭਾ ਅਧਿਖ ਵੀ ਰਹੇ ਸਨ ਠੀਕ ਹੈ ਇਹ ਭਾਰਤ ਦੇ ਬਾਅਦ ਵਿੱਚ ਰਾਸ਼ਟਰਪਤੀ ਬਣੇ ਸਨ ਸਭ ਤੋਂ ਘੱਟ ਉਮਰ ਵਿੱਚ ਬਣਨ ਵਾਲੇ ਵੀ ਨੀਲਮ ਜੋ ਸੰਜੀਵਾ ਰੈਡੀ ਸਨ ਸੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਇੰਪੋਰਟੈਂਟ ਸੋ ਇਹ ਚੌਥੀ ਤੇ ਜੋ ਛੇਵੀਂ ਲੋਕ ਸਭਾ ਜੋ ਸੀ ਇਸ ਦੇ ਵਿੱਚ ਜੋ ਅਧਿਖਸ਼ਤਾ ਇਹਨਾਂ ਨੇ ਹਾਸਲ ਕੀਤੀ ਸੀ ਅਧਿਖਸ਼ਤਾ ਇਹਨਾਂ ਨੇ ਕੀਤੀ ਸੀ ਤੇ ਇਹ ਜੋ ਬਾਅਦ ਵਿੱਚ ਕੀ ਸਨ ਰਾਸ਼ਟਰਪਤੀ ਬਣੇ ਸਨ ਸੋ ਇਸ ਤਰ੍ਹਾਂ ਤੁਹਾਨੂੰ ਇੰਪੋਰਟੈਂਟ ਕੁਐਸਚਨ ਜੋ ਹੈ ਪੁੱਛ ਲਿਆ ਜਾ ਸਕਦਾ ਹੈ ਨੈਕਸਟ ਇੰਪੋਰਟੈਂਟ ਕੁਐਸਚਨ ਹੈ ਕਿਹੜੇ ਰਾਜ ਤੋਂ ਲੋਕ ਸਭਾ ਦੇ ਵਿੱਚ ਐਸਸੀ ਤੇ ਐਸਟੀ ਦੇ ਲਈ ਰਾਖਵਾਕਰਨ ਨਹੀਂ ਹੈ ਜਿਵੇਂ ਤੁਸੀਂ ਜਾਣਦੇ ਹੋ ਕਿ ਬਹੁਤ ਸਾਰੇ ਰਾਜਾਂ ਦੇ ਵਿੱਚ ਐਸਸੀ ਕੈਟਾਗਰੀ ਐਸਟੀ ਜੋ ਇਸ ਤਰ੍ਹਾਂ ਦੇ ਜੋ ਕੈਟਾਗਰੀਜ਼ ਹਨ ਇਹਨਾਂ ਦੇ ਲਈ ਰਾਖਵਾ ਕਰਨ ਜੋ ਹੈ ਕੀਤਾ ਗਿਆ ਹੈ ਰਿਜ਼ਰਵੇਸ਼ਨ ਜੋ ਹੈ ਇਹਨਾਂ ਦੇ ਲਈ ਹੈ ਪਰ ਇੱਥੇ ਜੋ ਹੈ ਉਹ ਰਾਜ ਪੁੱਛਿਆ ਗਿਆ ਹੈ ਜਿਸ ਦੇ ਵਿੱਚ ਐਸਸੀ ਤੇ ਐਸਟੀ ਲਈ ਰਾਖਵਾ ਕਰਨ ਨਹੀਂ ਰੱਖਿਆ ਗਿਆ ਹੈ ਕੋਈ ਵੀ ਜੋ ਹੈ ਇਸ ਦੇ ਵਿੱਚ ਰਿਜ਼ਰਵੇਸ਼ਨ ਨਹੀਂ ਹੈ ਸੋ ਉਹ ਰਾਜ ਕਿਹੜਾ ਹੈ ਉਸ ਦਾ ਰਾਈਟ ਆਨਸਰ ਇਸ ਦਾ ਹੈ ਸਿੱਕਮ ਠੀਕ ਹੈ ਸਿੱਕਮ ਰਾਜ ਹੈ ਜਿਸ ਦੇ ਵਿੱਚ ਜੋ ਹੈ ਐਸਸੀ ਤੇ ਐਸਟੀ ਦੇ ਲਈ ਕੋਈ ਵੀ ਕਿਸੇ ਤਰ੍ਹਾਂ ਦਾ ਰਾਖਵਾ ਕਰਨ ਨਹੀਂ ਹੈ ਨੈਕਸਟ ਕੁਐਸਚਨ ਹੈ 24 ਕੁਐਸਚਨ ਇੱਕ ਮਾਤਰ ਭਾਰਤੀ ਰਾਸ਼ਟਰਪਤੀ ਜੋ ਗੁੱਟ ਨਿਰਪੇਖ ਅੰਦੋਲਨ ਦੇ ਸੈਕਟਰੀ ਜਨਰਲ ਦੇ ਅਹੁਦੇ ਤੇ ਰਹੇ ਉਹ ਕੌਣ ਸਨ ਰਾਸ਼ਟਰਪਤੀ ਪੁੱਛਿਆ ਨੇ ਇੱਕ ਮਾਤਰ ਜੋ ਭਾਰਤੀ ਰਾਸ਼ਟਰਪਤੀ ਜੋ ਗੋਟਨਿਰਪੇਖ ਅੰਦੋਲਨ ਦੀ ਅਸੀਂ ਗੱਲ ਕਰੀਏ ਤਾਂ ਉਸਦੇ ਸੈਕਟਰੀ ਜਨਰਲ ਦੇ ਪਾਤੇ ਰਹੇ ਉਹ ਕੌਣ ਸਨ ਇੱਕੋ ਇੱਕ ਰਾਸ਼ਟਰਪਤੀ ਹੋਏ ਹਨ ਜੋ ਕਿ ਗੋਟਨਿਰਪੇਖ ਅੰਦੋਲਨ ਦੇ ਸੈਕਟਰੀ ਐਜ਼ ਅ ਜਨਰਲ ਦੇ ਜੋ ਹਨ ਅਹੁਦੇ ਤੇ ਰਹੇ ਉਹਨਾਂ ਦਾ ਨਾਮ ਹੈ ਬਹੁਤ ਹੀ ਇੰਪੋਰਟੈਂਟ ਗਿਆਨੀ ਜੈਲ ਸਿੰਘ ਇਸ ਤਰ੍ਹਾਂ ਜੋ ਹੈ ਇੰਪੋਰਟੈਂਟ ਫੈਕਟ ਜੋ ਕਿਸੇ ਵੀ ਜੋ ਸਾਡੇ ਰਾਸ਼ਟਰਪਤੀ ਹੋਏ ਹਨ ਉਹਨਾਂ ਦੀ ਇਸ ਵੀ ਲਿਸਟ ਜੋ ਹੈ ਸਾਰੇ ਹੀ ਰਾਸ਼ਟਰਪਤੀ ਨਾਲ ਰਿਲੇਟਡ ਇੰਪੋਰਟੈਂਟ ਫੈਕਟ ਕਰ ਚੁੱਕੇ ਆ ਸੋ ਕੋਈ ਨਾ ਕੋਈ ਇਸ ਤਰ੍ਹਾਂ ਦੇ ਕੁਐਸਚਨ ਹੈ ਰਿਲੇਟ ਕਰਕੇ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਹਨ ਜਿਸ ਦੇ ਨਾਲ ਤੁਹਾਨੂੰ ਇਸ ਤਰ੍ਹਾਂ ਡੀਪਲੀ ਕੁਐਸਚਨ ਦੀ ਪ੍ਰੈਕਟਿਸ ਕਰਨੀ ਬਹੁਤ ਇੰਪੋਰਟੈਂਟ ਹੋਏਗੀ ਤੋ ਤੁਸੀਂ ਦੇਖ ਸਕਦੇ ਹੋ ਗਿਆਨੀ ਜੈਲ ਸਿੰਘ ਇੱਕੋ ਮਾਤਰੇ ਜਿਹੇ ਰਾਸ਼ਟਰਪਤੀ ਹੋਏ ਹਨ ਜਿਨ੍ਹਾਂ ਨੇ ਗੋਟ ਨਿਰਪੇਖ ਅੰਦੋਲਨ ਦੇ ਸੈਕਟਰੀ ਜਨਰਲ ਦੇ ਤੌਰ ਤੇ ਜੋ ਹਨ ਅਹੁਦਾ ਸੰਭਾਲਿਆ ਸੀ ਨੈਕਸਟ ਇੰਪੋਰਟੈਂਟ ਕੁਐਸਚਨ ਹੈ UGC ਦਾ ਗਠਨ ਕਿਹੜੇ ਆਯੋਗ ਦੀ ਸਿਫਾਰਿਸ਼ ਤੇ ਕੀਤਾ ਗਿਆ ਉਹ UGC ਦਾ ਗਠਨ ਹੈ ਉਹ ਕਿਹੜੇ ਆਯੋਗ ਦੀ ਸਿਫਾਰਿਸ਼ ਤੇ ਕੀਤਾ ਗਿਆ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਰਾਧਾ ਕ੍ਰਿਸ਼ਨਨ 1953 ਈਸਵੀ ਦੇ ਵਿੱਚ ਜੋ ਹੈ ਇਹਨਾਂ ਯੂਜੀਸੀ ਦਾ ਗਠਨ ਜੋ ਹੈ ਰਾਧਾ ਕ੍ਰਿਸ਼ਨਨ ਦੀ ਸਿਫਾਰਿਸ਼ ਤੇ ਕੀਤਾ ਗਿਆ ਸੀ ਤੁਸੀਂ ਦੇਖ ਸਕਦੇ ਹੋ ਆਨਸਰ ਇਸ ਦਾ ਕਿਸ ਦੀ ਸਿਫਾਰਿਸ਼ ਤੇ ਹੈ ਰਾਧਾ ਕ੍ਰਿਸ਼ਨਨ ਦੀ ਸਿਫਾਰਿਸ਼ ਤੇ 1953 ਈਸਵੀ ਦੇ ਵਿੱਚ ਤੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਰਾਧਾ ਕ੍ਰਿਸ਼ਨਨ ਜੋ ਰਾਸ਼ਟਰਪਤੀ ਬਣਨ ਤੋਂ ਪਹਿਲਾਂ 1948 ਈਸਵੀ ਦੇ ਵਿੱਚ ਰਾਸ਼ਟਰੀ ਯੋਗ ਦਾ ਜੋ ਗਠਨ ਕੀਤਾ ਗਿਆ ਸੀ ਇਸ ਵਿੱਚ ਰਾਧਾ ਕ੍ਰਿਸ਼ਨਨ ਜੋ ਸਨ ਉਹਨਾਂ ਨੇ ਪ੍ਰਧਾਨਗੀ ਵੀ ਕੀਤੀ ਸੀ ਸੋ ਜੇਕਰ ਅਸੀਂ ਇਸ ਗਠਨ ਦਾ ਯੂਸੀ ਗਠਨ ਦਾ ਜੋ ਹੈ ਆਯੋਗ ਦੀ ਸਿਫਾਰਿਸ਼ ਦੀ ਗੱਲ ਕੀਤੀ ਜਾਵੇ ਕਿਸ ਦੀ ਸਿਫਾਰਿਸ਼ ਤੇ ਕੀਤਾ ਗਿਆ ਤਾਂ ਇਸ ਦਾ ਤੁਸੀਂ ਰਾਈਟ ਆਨਸਰ ਯਾਦ ਰੱਖਣਾ ਹੈ ਰਾਧਾ ਕ੍ਰਿਸ਼ਨਨ ਦੀ ਸਿਫਾਰਿਸ਼ ਤੇ ਨੈਕਸਟ ਇੰਪੋਰਟੈਂਟ ਕੁਐਸਚਨ ਹੈ ਭਾਰਤੀ ਲੋਕ ਅਦਾਲਤਾਂ ਦਾ ਸੰਸਥਾਪਕ ਕਿਸ ਨੂੰ ਮੰਨਿਆ ਜਾਂਦਾ ਹੈ ਭਾਰਤੀ ਲੋਕ ਅਦਾਲਤਾਂ ਦਾ ਸੰਸਥਾਪਕ ਜੋ ਹੈ ਕਿਸ ਨੂੰ ਮੰਨਿਆ ਜਾਂਦਾ ਹੈ ਤਾਂ ਇਸ ਦਾ ਰਾਈਟ ਆਨਸਰ ਹੈ ਪੀ ਐਨ ਭਗਵਤੀ ਨੂੰ ਪੀ ਐਨ ਭਗਵਤੀ ਜੋ ਹੋਏ ਹਨ ਇਹਨਾਂ ਨੂੰ ਜੋ ਹੈ ਇਨਾ ਨੂੰ ਜੋ ਹੈ ਭਾਰਤੀ ਲੋਕ ਅਦਾਲਤਾਂ ਦਾ ਸੰਸਥਾਪਕ ਮੰਨਿਆ ਗਿਆ ਹੈ ਸੋ ਬਹੁਤ ਹੀ ਇੰਪੋਰਟੈਂਟ ਜੋ ਹੈ ਇਸ ਤਰ੍ਹਾਂ ਦੇ ਫੈਕਟ ਇੰਪੋਰਟੈਂਟ ਨੇਮ ਪੁੱਛਲੇ ਜਾਂਦੇ ਹਨ ਸੋ ਸਾਰੇ ਹੀ ਕੁਐਸ਼ਨਸ ਜੋ ਹਨ ਬਹੁਤ ਹੀ ਇੰਪੋਰਟੈਂਟ ਹਨ ਨੈਕਸਟ ਤੁਸੀਂ ਦੇਖ ਸਕਦੇ ਹੋ ਇੰਪੋਰਟੈਂਟ ਕੁਐਸ਼ਨ ਜੋ ਨਰੇਗਾ ਦੀ ਸਕੀਮ ਹੈ ਇਸ ਦੀ ਫੁੱਲ ਫਾਰਮ ਵੀ ਤੁਸੀਂ ਯਾਦ ਰੱਖਣੀ ਹੈ ਨੈਸ਼ਨਲ ਰੂਲਰ এমਪਲੋਇਮੈਂਟ ਗਾਰੰਟੀ ਐਕਟ ਨੈਸ਼ਨਲ ਰੂਲਰ এমপ্লয়ਮੈਂਟ ਗਾਰੰਟੀ ਐਕਟ ਇਸ ਦੀ ਜੋ ਹੈ ਫੁੱਲ ਫਾਰਮ ਹੈ ਕਿਸ ਦੇ ਕਾਰਜਕਾਲ ਦੇ ਵਿੱਚ ਜੋ ਹੈ ਇਹ ਲਾਗੂ ਕੀਤਾ ਗਿਆ ਟਾਈਮ ਪੀਰੀਅਡ ਪੁੱਛਿਆ ਹੈ ਕਿਸ ਦੇ ਕਾਰਜਕਾਲ ਦੇ ਵਿੱਚ ਲਾਗੂ ਕੀਤਾ ਗਿਆ ਸੋ ਬਹੁਤ ਇੰਪੋਰਟੈਂਟ ਜੋ ਹੈ ਇਸ ਦਾ ਆਨਸਰ ਹੋਏਗਾ ਆਨਸਰ ਤੁਸੀਂ ਦੇਖ ਸਕਦੇ ਹੋ ਡਾਕਟਰ ਮਨਮੋਹਨ ਸਿੰਘ ਦੇ ਕਾਰਜਕਾਲ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਜੋ ਹਨ ਪ੍ਰਧਾਨ ਮੰਤਰੀ ਹੋਏ ਸਨ ਉਹਨਾਂ ਦੇ ਕਾਰਜਕਾਲ ਦੇ ਵਿੱਚ ਜੋ ਹੈ ਨਰੇਗਾ ਦੀ ਜੋ ਸਕੀਮ ਹੈ ਇਹ ਜੋ ਹੈ ਨਰੇਗਾ ਇਹ ਲਾਗੂ ਹੋਇਆ ਸੀ ਠੀਕ ਹੈ ਸੋ ਇਸ ਦਾ ਇਸ ਤੋਂ ਬਾਅਦ ਇਸ ਦਾ ਨਾਂ ਜੋ ਹੈ ਨਰੇਗਾ ਤੋਂ ਮਨਰੇਗਾ ਕਰ ਦਿੱਤਾ ਗਿਆ ਸੋ ਇਸ ਨੂੰ ਵੀ ਤੁਸੀਂ ਯਾਦ ਰੱਖਣਾ ਹੈ ਇਹ ਵੀ ਕੁਐਸਚਨ ਜੋ ਫੈਕਟ ਪੁੱਛਿਆ ਜਾ ਸਕਦਾ ਹੈ ਕਿ ਨਰੇਗਾ ਤੋਂ ਜੋ ਹੈ ਨਾਂ ਬਦਲ ਕੇ ਮਨਰੇਗਾ ਕਦੋਂ ਰੱਖਿਆ ਗਿਆ ਸੋ ਇਹ ਜੋ ਨਾਂ ਹੈ 2 ਅਕਤੂਬਰ 2009 ਈਸਵੀ ਨੂੰ ਜੋ ਹੈ 2009 ਨੂੰ ਰੱਖਿਆ ਗਿਆ ਸੀ ਨਰੇਗਾ ਤੋਂ ਜੋ ਹੈ ਮਨਰੇਗਾ ਕਰ ਦਿੱਤਾ ਗਿਆ ਮਹਾਤਮਾ ਗਾਂਧੀ ਇਸ ਦੇ ਨਾਲ ਹੀ ਰੂਲਰ এমਪਲੋਇਮੈਂਟ ਗਾਰੰਟੀ ਐਕਟ ਉਸੇ ਤਰ੍ਹਾਂ ਹੈ ਜੋ ਮਹਾਤਮਾ ਗਾਂਧੀ ਦਾ ਹੈ ਇਸ ਦੇ ਵਿੱਚ ਮਨਰੇਗਾ ਐਮ ਤੋਂ ਜੋ ਹੈ ਨਾਮ ਇਸ ਦਾ ਜੋੜ ਦਿੱਤਾ ਗਿਆ ਸੀ ਸੋ ਜੇਕਰ ਅਸੀਂ ਨਰੇਗਾ ਦੀ ਜੋ ਹੈ ਇਸ ਦੀ ਯੋਜਨਾ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਇਹ 2 ਫਰਵਰੀ 2006 ਦੇ ਵਿੱਚ ਜੋ ਹੈ 200 ਜ਼ਿਲ੍ਹਿਆਂ ਦੇ ਵਿੱਚ ਤੇ ਬਾਅਦ ਵਿੱਚ ਪੂਰੇ ਭਾਰਤ ਵਿੱਚ ਜੋ ਹੈ ਲਾਗੂ ਕੀਤੀ ਗਈ ਸੀ ਇਸ ਦੇ ਵਿੱਚ ਤੁਸੀਂ ਯਾਦ ਰੱਖ ਸਕਦੇ ਹੋ ਸ਼ੁਰੂਆਤ ਕਦੋਂ ਹੋਈ ਸੀ ਇਸ ਯੋਜਨਾ ਦੀ ਤਾਂ 2 2 ਫਰਵਰੀ 2006 ਈਸਵੀ ਦੇ ਵਿੱਚ ਸਭ ਤੋਂ ਪਹਿਲਾਂ 200 ਜ਼ਿਲ੍ਹਿਆਂ ਦੇ ਵਿੱਚ ਹੋਈ ਤੇ ਬਾਅਦ ਵਿੱਚ ਹੌਲੀ-ਹੌਲੀ ਜੋ ਹੈ ਸਾਰੇ ਹੀ ਪੂਰੇ ਭਾਰਤ ਦੇ ਵਿੱਚ ਇਸ ਯੋਜਨਾ ਦੀ ਜੋ ਸ਼ੁਰੂਆਤ ਕੀਤੀ ਗਈ ਸੀ ਨੈਕਸਟ ਇੰਪੋਰਟੈਂਟ ਕੁਐਸਚਨ ਹੈ ਕਸਤੂਰਬਾ ગાંધી ਬਾਲਿਕਾ ਵਿਦਿਆਲੇ ਦੀ ਸ਼ੁਰੂਆਤ ਕਦੋਂ ਹੋਈ ਕਸਤੂਰਬਾ ગાંધી ਬਾਲਿਕਾ ਵਿਦਿਆਲੇ ਦੀ ਸ਼ੁਰੂਆਤ ਕਦੋਂ ਹੋਈ ਸੋ ਇਸ ਦਾ ਰਾਈਟ ਆਨਸਰ ਹੈ 2004 ਦੇ ਵਿੱਚ ਸੋ ਟਾਈਮ ਪੀਰੀਅਡ ਇਸ ਤਰ੍ਹਾਂ ਇੰਪੋਰਟੈਂਟ ਕੁਐਸਚਨ ਦਾ ਪੁੱਛ ਲਿਆ ਜਾ ਸਕਦਾ ਹੈ ਕਨਫਿਊਜ਼ਨ ਕ੍ਰੀਏਟ ਹੋ ਸਕਦੀ ਹੈ ਕਿਉਂਕਿ ਇਸ ਦੇ ਵਿੱਚ ਮੈਂ ਸਮਾਂ ਨਾ ਲੈਂਦੇ ਆ ਸਿਰਫ ਆਨਸਰ ਜੋ ਹਨ ਤੁਹਾਨੂੰ ਇਸ ਦੇ ਵਿੱਚ ਸਾਹਮਣੇ ਰੱਖੇ ਹਨ ਸੋ ਇਸ ਦੇ ਵਿੱਚ ਜੋ ਜੇਕਰ ਆਪਸ਼ਨ ਦੀ ਗੱਲ ਕਰੀਏ ਤਾਂ ਬਹੁਤ ਹੀ ਜੋ ਜ਼ਿਆਦਾ ਕਨਫਿਊਜ਼ਨ ਜਿਹੜੇ ਹੁੰਦੇ ਹਨ ਆਪਸ਼ਨ ਦੇ ਨਾਲ ਸਾਨੂੰ ਜੋ ਰਾਈਟ ਆਪਸ਼ਨ ਦੀ ਚੁਣਨ ਦੀ ਜੋ ਹੈ ਉਹ ਸਾਨੂੰ ਪੇਪਰ ਦੇ ਵਿੱਚ ਹੁੰਦੀ ਹੈ ਸੋ ਜੇਕਰ ਅਸੀਂ ਰਾਈਟ ਆਪਸ਼ਨ ਇਸ ਤਰ੍ਹਾਂ ਯਾਦ ਕੀਤੇ ਹੋਣਗੇ ਬਹੁਤ ਹੀ ਜ਼ਿਆਦਾ ਘੱਟ ਕਨਫਿਊਜ਼ਨ ਦੇ ਨਾਲ ਅਸੀਂ ਜੋ ਹੈ ਸਹੀ ਆਪਸ਼ਨ ਤੇ ਜੋ ਹੈ ਅਸੀਂ ਜੋ ਹੈ ਪੇਪਰ ਦੇ ਵਿੱਚ ਚੁਣ ਸਕਦੇ ਹਾਂ ਸੋ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲੇ ਦੀ ਸ਼ੁਰੂਆਤ ਕਦੋਂ ਹੋਈ ਹੈ 2004 ਦੇ ਵਿੱਚ ਨੈਕਸਟ ਇੰਪੋਰਟੈਂਟ ਕੁਐਸਚਨ ਹੈ ਸੈਕੰਡ ਲਾਸਟ ਕੁਐਸਚਨ ਰਾਸ਼ਟਰੀ ਮਾਨਵ ਅਧਿਕਾਰ ਆਯੋਗ ਦੇ ਅਦਿਵੇਸ਼ਨ ਦਾ ਕਾਰਜਕਾਲ ਕਿੰਨਾ ਹੁੰਦਾ ਹੈ ਜੋ ਰਾਸ਼ਟਰੀ ਮਾਨਵ ਅਧਿਕਾਰ ਆਯੋਗ ਹੈ ਉਸ ਦੇ ਅਧਿਵੇਸ਼ਨ ਦਾ ਜੋ ਹੈ ਕਾਰਜਕਾਲ ਪੁੱਛਿਆ ਗਿਆ ਹੈ ਸੋ ਇਸ ਦਾ ਰਾਈਟ ਆਨਸਰ ਹੈ 5 ਸਾਲ 5 ਸਾਲ ਜੋ ਹੈ ਇਸ ਦਾ ਕਾਰਜਕਾਲ ਹੁੰਦਾ ਹੈ ਮੋਸਟ ਇੰਪੋਰਟੈਂਟ ਕੁਐਸਚਨ ਹੈ ਰਾਸ਼ਟਰੀ ਮਾਨਵ ਅਧਿਕਾਰ ਆਯੋਗ ਦੇ ਅਧਿਵੇਸ਼ਨ ਦਾ ਕਾਰਜਕਾਲ ਹੈ 5 ਸਾਲ ਤੇ ਜੋ ਜੋ ਵਿਅਕਤੀ ਹੈ ਉਹ 70 ਸਾਲ ਦੀ ਉਮਰ ਤੱਕ ਜੋ ਹੈ ਇਸ ਦਾ ਕਾਰਜਕਾਲ ਜੋ ਹੈ ਰਹਿ ਸਕਦਾ ਹੈ ਜੋ ਰਾਸ਼ਟਰੀ ਮਨੁੱਖ ਅਧਿਕਾਰ ਅਯੋਗ ਦੇ ਅਦਿবেশਨ ਹੁੰਦਾ ਹੈ ਠੀਕ ਹੈ ਸੋ ਜੇਕਰ ਇਸ ਦੀ ਗਠਨ ਦੀ ਗੱਲ ਕਰੀਏ ਤਾਂ 1993 ਈਸਵੀ ਦੇ ਵਿੱਚ ਇਸ ਦਾ ਗਠਨ ਹੋਇਆ ਹੈ ਰਾਸ਼ਟਰਪਤੀ ਦੇ ਦੁਆਰਾ ਇੱਕ ਜਾਰੀ ਆਰਡੀਨੈਂਸ ਦੇ ਰਾਹੀਂ ਇਸ ਦੇ ਦਫਤਰ ਦੀ ਗੱਲ ਕਰੀ ਤਾਂ ਇਸ ਦਾ ਦਫਤਰ ਹੈ ਦਿੱਲੀ ਦੇ ਵਿੱਚ ਤੇ ਸੁਪਰੀਮ ਕੋਰਟ ਦਾ ਜੋ ਸੇਵਾ ਮੁਕਤ ਜੱਜ ਹੀ ਇਸ ਦਾ ਅਧਿਐਕਸ਼ ਬਣ ਸਕਦਾ ਹੈ ਮੋਸਟ ਇੰਪੋਰਟੈਂਟ ਫੈਕਟ ਹੈ ਜੂਰਾਸਟੀ ਮਾਨਵ ਅਧਿਕਾਰ ਅਯੋਗ ਦਾ ਜੋ ਬਣ ਸਕਦਾ ਹੈ ਅਧਿਐਕਸ਼ ਸੁਪਰੀਮ ਕੋਰਟ ਦਾ ਜੋ ਰਿਟਾਇਰ ਹੋ ਚੁੱਕਾ ਜੱਜ ਹੁੰਦਾ ਹੈ ਉਹੀ ਅਧਿਐਕਸ਼ ਬਣ ਸਕਦਾ ਹੈ ਨੈਕਸਟ ਲਾਸਟ ਕੁਐਸਚਨ ਜੋ ਹੈ ਬਹੁਤ ਹੀ ਇੰਪੋਰਟੈਂਟ ਸੁਤੰਤਰ ਤੇ ਸੱਭਿਆ ਰਾਜ ਦੀ ਪਛਾਣ ਦਾ ਆਧਾਰ ਕੀ ਹੈ ਜੇਕਰ ਅਸੀਂ ਸੁਤੰਤਰ ਤੇ ਸੱਭਿਆ ਰਾਜ ਦੀ ਪਛਾਣ ਕਰਨੀ ਹੋਵੇ ਤਾਂ ਉਸ ਦਾ ਆਧਾਰ ਕੀ ਹੈ ਇਸ ਤਰ੍ਹਾਂ ਦਾ ਕੁਐਸਚਨ ਪੇਪਰ ਵਿੱਚ ਬਣ ਸਕਦਾ ਹੈ ਸੋ ਇਸ ਦਾ ਰਾਈਟ ਆਨਸਰ ਹੈ ਸੁਤੰਤਰ ਤੇ ਨਿਰਪੱਖ ਨਿਆਂਪਾਲਿਕਾ ਜਿਸ ਰਾਜ ਦੇ ਵਿੱਚ ਸੁਤੰਤਰ ਤੇ ਨਿਰਪੱਖ ਨਿਆਂਪਾਲਿਕਾ ਹੋਏਗੀ ਉਹ ਰਾਜ ਹੀ ਜੋ ਹੈ ਸੁਤੰਤਰ ਤੇ ਸੱਭਿਆ ਰਾਜ ਦੀ ਪਹਿਚਾਣ ਦਾ ਜੋ ਹੈ ਉਸਦਾ ਆਧਾਰ ਬਣ ਜਾਏਗਾ ਸੋ ਬਹੁਤ ਹੀ ਜੋ ਇਹ ਹੈਲਪਫੁਲ ਇੰਪੋਰਟੈਂਟ ਕੁਐਸਚਨ 30 ਕੁਐਸਚਨ ਅਸੀਂ ਇਸ ਵੀਡੀਓ ਦੇ ਵਿੱਚ ਜੋ ਹਨ ਕੀਤੇ ਹਨ ਮੋਸਟ ਐਕਸਪੈਕਟਿਡ ਕੁਐਸਚਨ ਹੈ ਇਸ ਦੇ ਵਿੱਚੋਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਜੋ ਪੇਪਰ ਦੇ ਵਿੱਚ ਆਉਣ ਵਾਲੀ ਐਗਜ਼ਾਮ ਦੇ ਵਿੱਚ ਰਿਪੀਟ ਹੋਏ ਵੀ ਜੋ ਸਾਨੂੰ ਦੇਖਣ ਨੂੰ ਮਿਲਣਗੇ ਮੋਸਟ ਐਕਸਪੈਕਟਿਡ ਕੁਐਸਚਨ ਇਸ ਲਈ ਇਸ ਨੂੰ ਜੋ ਹੈ ਕਿਹਾ ਗਿਆ ਹੈ ਇਸ ਤੋਂ ਪਹਿਲਾਂ ਵੀ ਫਰੈਂਡਸ ਅਸੀਂ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਇੰਪੋਰਟੈਂਟ ਕਵੈਸ਼ਨਸ ਇੰਪੋਰਟੈਂਟ ਟਾਪਿਕ ਜੋ ਸਿਵਿਕਸ ਹਿਸਟਰੀ ਨਾਲ ਰਿਲੇਟਡ ਜੋ ਹਨ ਉਹ ਕਰ ਚੁੱਕੇ ਆ ਸੋ ਫਰੈਂਡਸ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ ਕਵੈਸ਼ਨ ਹੈਲਪਫੁਲ ਲੱਗੇ ਹੋਣਗੇ ਸੋ ਵੀਡੀਓ ਨੂੰ ਹੋਰ ਵੀ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਨਾ ਹੈ ਤੇ ਹੋਰ ਨੋਲੇਜੇਬਲ ਵੀਡੀਓਜ਼ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਫਰੈਂਡਸ ਆਈ ਹੋਪ ਤੁਹਾਨੂੰ ਜੋ ਹੈ ਸਾਰੇ ਹੀ ਕਵੈਸ਼ਨ ਜੋ ਹਨ ਬਹੁਤ ਹੀ ਜ਼ਿਆਦਾ ਨੋਲੇਜੇਬਲ ਲੱਗੇ ਹੋਣਗੇ ਹੈਲਪਫੁਲ ਲੱਗੇ ਹੋਣਗੇ ਸੋ ਇਸ ਦੇ ਨਾਲ ਤੁਹਾਡੀ ਐਗਜ਼ਾਮ ਦੀ ਜੋ ਪ੍ਰੈਪਰੇਸ਼ਨ ਹੈ ਹੋਰ ਵੀ ਵਧੀਆ ਜੋ ਹੈ ਹੋਏਗੀ So uh, thank you, thank you for watching my video, friends. Thank you.